ਓਏ ਆ ਜਾ ਸੀਟ ਤੋਂ, ਹੁਣ ਲੇਟ ਹੋਈ ਜਾਂਦੇ ਯਾਰ। ਆਉਂਦੀ ਆ ਜੀ। ਤੇਰੇ ਇਚਨੇ ਮਿਚਨੇ ਨਹੀਂ ਲੋਟ ਆਉਂਦੇ। ਕਿਉਂ ਕਾਲੀ ਕਰਦੇ ਹੋ, ਮੈਂ ਰੈਡੀ ਹੋਈ ਜਾਂਦੀ ਸੀ ਨਾ। ਹੁਣ ਕੀ ਘਾਟ ਰਹਿ ਗਈ ਸੀ ਮੈਨੂੰ ਤਾਂ ਦੱਸਦੇ। ਕੁਛ ਨਹੀਂ ਜੀ, ਹੋ ਗਈ ਰੈਡੀ ਮੈਂ। ਚਲ ਬੈਠ। ਨਾਲੇ ਆ ਮੋਟਰਸਾਈਕਲ ਕਿਹਦਾ ਆ? ਆਪਣਾ ਮੋਟਰਸਾਈਕਲ ਕਿੱਥੇ ਗਿਆ? ਓਏ ਉਹ ਤਾਂ ਬਾਬਲੂ ਲੈ ਗਿਆ, ਉਹਨੇ ਸਹੁਰੀ ਜਾਣਾ ਸੀਗਾ। ਇਹ ਬਾਬੇ ਦਾ ਲੈ ਮੰਗ ਕੇ। ਅੱਛਾ, ਤੂੰ ਬੈਠ। ਚਲੋ ਬਸ, ਚਲ ਕੰਮ ਤਾਂ ਹੋ ਗਏ ਸਾਰੇ। ਹਾਏ ਮੈਨੂੰ ਲੱਗਦੇ ਜਾਂਦੇ ਆ ਇਹ। ਲੈ ਦੱਸ, ਤੇ ਬਣਾ ਪਿਆ ਰੋਟੀ ਤਾਂ ਉਹਦੀ ਲੈ ਕੇ ਨਹੀਂ ਗਈ ਤੂੰ ਉਹਦਾ। ਬੇ ਫਤਿਹ ਪੁੱਤ, ਰੋਟੀ ਰੋਟੀ ਤਾਂ ਲੈ ਜਾਓ। ਓਏ ਹਾਂ ਮਾਤਾ, ਉਸ ਤਾਂ ਯਾਦ ਕਰ ਲਿਆ ਕਰੋ ਬਿਨਾਂ ਕਹੇ। ਹਾਂ ਦੱਸ, ਰੋਟੀ ਕੀ ਖਾਏਂਗੀ? ਕਿੱਥੇ ਤੇਰੇ ਡੱਬਾ? ਭੁੱਲ ਗਈ ਸੀ ਮੰਮਾ, ਭੁੱਲ ਗਈ ਸੀ। ਯਾਦ ਵੀ ਰਹਿੰਦਾ ਕੁਛ? ਪਾ ਇਹਨੂੰ ਯਾਦ ਕਰਕੇ। ਚੰਗਾ ਧਿਆਨ ਨਾਲ ਖਾ ਲਈ ਟਾਈਮ ਤੇ। ਠੀਕ ਹੈ ਜੀ। ਠੀਕ ਆ ਮਾਂ। ਆ ਦੇਖ ਲਓ ਜੀ ਕਾਪੀ। ਕਿੰਨੇ ਕੁ ਦਿਨ ਤੱਕ ਲੈ ਆਈ ਫਿਰ ਮੇਰੇ? ਪੈਸੇ ਭਰ ਗਏ ਸੀ? ਹਾਂਜੀ ਹਾਂਜੀ, ਪੈਸੇ ਭਰ ਗਏ ਸੀ ਮੈਂ। ਠੀਕ ਹੈ ਠੀਕ ਹੈ ਠੀਕ ਹੈ, ਆ ਜੂ 2 ਕੁ ਦਿਨਾਂ ਤੱਕ ਆ ਜੂਗਾ, ਲੈ ਜਾਓ ਰੇ। ਬਸ ਠੀਕ ਹੈ ਜੀ। ਚਲ ਹਰੇ ਵਾਲਾ ਕੰਮ ਵੀ ਨਿਬੜਿਆ। ਧੰਨਵਾਦ ਕਰਨਾ ਸੀ ਬਾਈ। ਧੰਨਵਾਦ ਕੀ ਗੱਲ ਆ ਯਾਰ? ਉਹ ਬਾਈ ਤੈਂ ਸਹੀ ਮੈਨੂੰ ਰਾਏ ਦੇਤੀ, ਉਹਤੇ ਮੈਂ ਅਮਲ ਕਰ ਲਿਆ। ਹੁਣ ਘਰੇ ਸੁੱਖ ਸ਼ਾਂਤੀ ਹੈ। ਤੇਰੀ ਭਰਜਾਈ ਨੂੰ ਹੁਣ ਛੱਡ ਕੇ ਆਏ ਅੱਡੇ ਤੇ ਬੱਸ ਚੜਾ ਕੇ। ਅੱਛਾ, ਚੜਾ ਕੇ? ਹਾਂ, ਨੌਕਰੀ ਜਾਂਦੀ ਆ ਉਹ, ਹੋ ਗਏ ਖਾਸੇ ਦਿਨ। ਅੱਛਾ, ਮਾਤਾ ਵੀ ਖੁਸ਼ ਹੈ, ਘਰ ਦਾ ਮਾਹੌਲ ਜਮਾਂ ਸੈੱਟ ਹੋ ਗਿਆ ਬਾਈ। ਉਹੀ ਗੱਲ ਕਰ ਰਹੀ, ਹੁਣ ਘਰੇ ਕਲੇਸ਼ ਰਹਿਣ ਸਾਰ ਦਿਨ ਹੈ ਨਾ। ਵਧੀਆ ਤੈਨੂੰ ਟਾਈਮ 'ਤੇ ਰਾਏ ਦਿੱਤੀ ਤਾਂ ਮੇਰੇ ਨਾਲ ਸਲਾਹ ਕਰ ਲਈ, ਗੱਲ ਕਰ ਲਈ। ਹੁਣ ਜੇ ਤੂੰ ਅੰਦਰੋਂ ਅੰਦਰੀ ਝੂਰੀ ਜਾਣਾ ਕਹਿੰਦਾ ਨਾ ਗੱਲ ਕਰਦਾ, ਉਹੀ ਝੁੱਜੂ ਘਰੇ ਪਿਆ ਰਹਿਣਾ ਸੀ। ਨਾ ਇਹ ਤਾਂ ਗੱਲ ਤੇਰੀ ਸਹੀ ਹੈ, ਭਾਈਆਂ ਦਾ ਹੋਰ ਆਹੀ ਸਹਾਰਾ ਹੁੰਦਾ ਹੈ। ਫਿਰ ਹੁਣ ਇੱਕ ਗੱਲ ਦੱਸ ਮੈਨੂੰ। ਹਾਂ, ਹੁਣ ਪਾਰਟੀ ਵੀ ਕਰੇਗਾ ਮੈਨੂੰ? ਨਾ, ਪਾਰਟੀ ਨਹੀਂ ਕਰਦਾ। ਉਹ ਸਾਰੇ ਹੱਥ ਇੱਥੋਂ ਕਦੇ ਉਹਲਾ ਕੁਛ, ਚੱਲ ਚੱਲੀਏ, ਬੋਲ ਕੀ ਖਾਣਾ ਕਿ ਪੀਣਾ ਦੱਸ। ਐਂ ਕਰਦੇ ਹਾਂ। ਹਾਂ, ਨਾਲ ਤਾਂ ਉੱਧਰ ਮੈਨੂੰ ਸਿਕੰਦਰ ਤੱਕ ਕੰਮ ਹੈ। ਹਾਂ, ਉਹ ਤੱਕ ਲੈ ਚੱਲ। ਚੱਲ ਨਾਲੇ ਉਹਨੂੰ ਵੀ ਪਾਰਟੀ ਕਰ ਦਾਂਗੇ, ਫਾਰਮ ਤਾਂ ਉਹਨੀ ਭਰੇ ਦੇ। ਹਾਂ, ਇਹ ਵੀ ਗੱਲ ਹੈ ਨਾ। ਚੱਲ ਬੈਠ, ਚੱਲ ਫਿਰ ਚੱਲੀ। ਚੱਲ ਵਧੀਆ, ਮੈਂ ਤਾਂ ਸ਼ੁਕਰ ਮਨਾਉਣਾ ਬਾਈ ਯਾਰ, ਵਧੀਆ ਭਰਜਾਈ ਨੂੰ ਨੌਕਰੀ ਮਿਲ ਗਈ। ਵੈਸੇ ਹੁਣ ਟਾਈਮ ਤਾਂ ਦੂਜਾ ਹੀ ਆ, ਚਾਹ ਚੂ ਪੀਣ ਵਾਲੀ ਹੈ। ਹੈਂ, ਕੋਈ ਨਾ ਫਿਰ, ਕਿਹੜਾ ਚੱਲਦਾ ਸੀ, ਦੇਖਦੇ ਕੀ ਬਣਦਾ। ਜੇ ਨੌਕਰੀ ਲੱਗ ਗਈ ਤਾਂ ਤਨਖਾਹ ਵੀ ਤਾਂ ਮੇਰੇ ਹੱਥ ਤੇ ਧਰੂਗੀ ਲਿਆ ਕੇ। ਇਹ ਤਾਂ ਗੱਲ ਤੇਰੀ ਠੀਕ ਹੈ ਮਾਤਾ, ਪੈਸੇ ਪੈਸੇ ਨੂੰ ਖਿੱਚਦਾ, ਪੈਸੇ ਨੂੰ ਪੈਸਾ ਖਿੱਚਦਾ, ਨਾਲੇ ਗੁਆਂਢਣਾ ਦੀਆਂ ਹਿੱਕਾਂ ਸਾੜੂਗੀ ਜਦੋਂ ਦੱਸੂ ਵੀ ਮੇਰੀ ਨੂੰਹ ਕਮਾ ਕੇ ਮੇਰੇ ਹੱਥ ਤੇ ਧਰਦੀ ਹੈ। ਮੈਂ ਤਾਂ ਸਾਰਿਆਂ ਦੀਆਂ ਜਿਵੇਂ ਕਹਿੰਦੇ ਗੱਲਾਂ ਬੰਦ ਕਰ ਦੂੰ, ਜਿਹੜੀਆਂ ਕਹਿੰਦੀਆਂ ਹੁੰਦੀਆਂ ਸੀ, ਲੈ ਤੀਵੀਆਂ ਕੀ ਨੌਕਰੀਆਂ ਕਰਦੇ। ਤੂੰ ਕਹਿੰਦੀ ਹੁੰਦੀ ਸੀ, ਐਂ ਕਹਿਣਗੀਆਂ ਵੀ ਨੌਕਰੀ ਤੇ ਲਾਤੀ ਜੇ ਵੋ।
ਫਿਰ ਉਦੋਂ ਹੀ ਹਟਾਉਂਗੀ ਨਾ ਜਦੋਂ ਉਹ ਮੇਰੇ ਹੱਥ ਤੇ ਤਨਖਾਹ ਧਰੂਗੀ। ਚੱਲ ਸ਼ੁਕਰ ਹੈ ਤੈਨੂੰ ਸਮਝ ਆ ਗਈ ਇਹ ਗੱਲ। ਹਾਂ ਹੁਣ ਤਾਂ ਮੈਨੂੰ ਸਮਝ ਆ ਗਈ। ਚਾਹ ਫਿਰ ਮੈਨੂੰ ਤਾਂ ਲਿਆ ਦੇ ਹੁਣ, ਕੱਲੀ ਕੱਲੀ ਪੀ ਜਾਣੀ ਹੈ। ਖੜ ਜਾ ਮੈਂ ਪੀ ਲਾਂ ਫਿਰ ਲਿਆ ਦੂੰਗੀ ਤੈਨੂੰ। ਤੂੰ ਪਹਿਲਾਂ ਲੈ ਕੇ ਦੇਵਾਂ ਨਾ? ਮੈਂ ਆਪੇ ਪੀ ਲੈਣਾ ਚੱਕ ਕੇ। ਚੱਲ ਤੂੰ ਤਾਂ ਚੁੱਪ ਰਹਿ ਮੇਰਾ ਪੁੱਤ। ਹਾਂ ਤੇਰੇ ਗੋਡੇ ਜੇ ਦੁਖਦੇ ਹੁੰਦੇ ਨੇ ਨਾ, ਹੁਣ ਤਾਂ ਹੀ ਦੁਖਦੇ। ਵਾਹ ਅੱਜ ਦੇ ਲੱਗੇ ਭੱਜੀ ਆਉਂਦੀ ਤੂੰ ਰੋਟੀ ਨੂੰ। ਹੋਰ ਤੇ ਫਿਰ ਚੱਲ ਮਹਾਂ ਜਵਾਖੜੀ ਭੁੱਖੀ ਬੈਠੂ ਸਾਰਾ ਦਿਨ ਉੱਥੇ। ਆਹੋ ਠੀਕ ਹੈ। ਹੋਰ ਨਾਲੇ ਚਾਹ ਪੀ ਲਈ ਪੁੱਤ, ਨਾਲੇ ਰੋਟੀ ਖਾ ਲਾ। ਚੰਗਾ ਮਾਂ ਖਾਣਾ। ਇਹਦੇ ਤਾਂ ਕੰਨਾਂ ਰਾਹੀਂ ਕੱਢਤੀ ਨਾ ਗੱਲ, ਯਾਦ ਤਾਂ ਰੱਖੂਗਾ ਵੀ ਹਾਂ ਕਹੂਗਾ ਵੀ ਬਹੂ ਨੂੰ ਵੀ ਤਨਖਾਹ ਮਾਂ ਦੇ ਹੱਥ 'ਤੇ ਧਰਤੀ। ਇਹ ਤਾਂ ਹੋ ਗਈ ਠੀਕ ਆ। ਚੱਲ ਚਾਰ ਪੈਸੇ ਆਉਂਦੇ ਹੀ ਆ, ਜਾਂਦੇ ਤਾਂ ਨਹੀਂ। ਲੋਟ ਆ ਗਈ ਕਹਾਣੀ, ਇੱਥੇ ਕਿਹੜਾ ਘਰੇ ਕੰਮ ਕਰਦੀ ਸੀ, ਬੈਠੀ ਬੈਠੀ ਮੋਬਾਈਲ 'ਤੇ ਮੱਥਾ ਮਰੀ ਜਾਂਦੀ ਸੀ। ਚੱਲ ਮਨਾ ਵਧੀਆ ਹੋ ਗਿਆ ਜਿਹੜਾ ਹੋਇਆ, ਨਾਲੇ ਪੈਸਾ ਇੱਕ ਨਹੀਂ ਛੱਡਿਆ ਕਰਦੀ, ਪਹਿਲਾਂ ਹੀ ਹਿਸਾਬ ਕਿਤਾਬ ਗਿਣਿਆ ਰਿਹਾ ਕਰੂੰ। ਯਾ ਭਾਈ ਐਡਵਾਂਸ 'ਚ ਹੀ ਇੰਨੇ ਚੱਲ ਗਏ, ਕਹਿਣਾ ਹੀ ਹੈ। ਅੱਲੋ ਫਤਿਹ ਦੁੱਧ ਤੂੰ ਪੀ ਲਿਆ? ਨਾ ਜੀ ਮੇਰਾ ਮਨ ਨਹੀਂ ਆ ਸੀ ਦੁੱਧ ਪੀਣ ਦਾ। ਆਹੋ ਖਾਧੇ ਹੋਣੇ ਬਰਗਰ ਪੀ ਜੀ ਉੱਥੇ, ਹੁਣ ਕਾਹਨੂੰ ਮਨ ਕਰਦਾ। ਰੋਟੀ ਤਾਂ ਖਾ ਲਈ ਹੋਊਗੀ? ਹਾਂਜੀ ਰੋਟੀ ਤਾਂ ਖਾ ਲਈ ਮੈਂ। ਚੱਲ ਚੋਕਰਾ ਰੋਟੀ ਤਾਂ ਖਾ ਲਈ, ਹੋਰ ਸਭ ਸੈੱਟ ਆ ਨਾ ਉੱਥੇ? ਹਾਂ ਕਿਸੇ ਗੱਲ ਦੀ ਪਰੇਸ਼ਾਨੀ ਤਾਂ ਨਹੀਂ ਹੈਗੀ ਆਫਿਸ 'ਚ? ਨਹੀਂ ਨਹੀਂ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਹੈ, ਤੁਸੀਂ ਉਹੀ ਨਾ ਟੈਨਸ਼ਨ ਲਈਓ ਮੇਰੀ। ਤੁਹਾਨੂੰ ਪਤਾ ਕਿੰਨਾ ਵਧੀਆ ਸਟਾਫ ਹੈ, ਸਾਰੇ ਮੇਰੀ ਕਿੰਨੇ ਰਿਸਪੈਕਟ ਕਰਦੇ ਨੇ। ਚਲੋ ਵਧੀਆ ਗੱਲ ਆ, ਆਉਣ ਵੇਲੇ ਵੀ ਮੈਨੂੰ ਫੋਨ ਕਰ ਦਿਆ ਕਰ, ਮੈਂ ਤੈਨੂੰ ਲੈ ਆਇਆ ਕਰੂੰਗਾ ਐਵੇਂ ਤੁਰ ਕੇ ਆਉਂਦੀ ਹਾਂ ਤੂੰ। ਜੀ ਤੁਹਾਨੂੰ ਕਿੱਥੇ ਟਾਈਮ ਹੁੰਦਾ? ਉਹ ਕੋਈ ਨਾ ਟਾਈਮ ਕੱਢਿਆ ਜਾਂਦਾ ਹੁੰਦਾ, ਹੁਣ ਕਣਕ ਨੂੰ ਪਾਣੀ ਲਾਉਣਾ ਉਹ ਲੱਗੀ ਜਾਂਦਾ ਗਾ, ਕਿਆਰੇ 'ਚ ਪਾਣੀ ਛੱਡ ਕੇ ਆ ਜਾਂਦਾ ਕਈ ਵਾਰ ਬੰਦਾ ਟਾਈਮ ਨਾਲ। ਤੂੰ ਟੈਨਸ਼ਨ ਨਾ ਲੈ, ਉਹ ਮੇਰੀ ਜ਼ਿੰਮੇਵਾਰੀ ਆ ਲੈ ਕੇ ਆਉਂਦੇ ਛੱਡਣ ਦੀ। ਠੀਕ ਹੈ, ਤੂੰ ਬਸ ਆਪਦਾ ਧਿਆਨ ਦੇ ਆਪਦੀ ਨੌਕਰੀ 'ਤੇ, ਅਤੇ ਹੁਣ ਤਾਂ ਬੇਬੇ ਵੀ ਬਹੁਤ ਖੁਸ਼ ਹੈ। ਅੱਛਾ ਹਾਂ ਜਦੋਂ ਤੂੰ ਗਈ ਹੈ ਨਾ ਉਸ ਤੋਂ ਬਾਅਦ 'ਚ ਵੀ ਮੈਨੂੰ ਆਇਆ ਜਦੋਂ ਚਾਹ ਪੀਣ ਲੱਗ ਰਹੀ ਸੀ, ਮੈਂ ਹੁਣ ਤਾਂ ਨਹੀਂ ਤੇਰੇ ਗਿੱਟੇ ਗੋਡੇ ਦੁੱਖਦੇ ਸਾਰਾ ਕੁਛ ਮੈਂ ਕਿਹਾ ਹੈ ਨਾ, ਕਹਿੰਦੀ ਹਟ ਜਾਵੇ ਤੂੰ, ਕਹਿੰਦੀ ਮੈਨੂੰ ਤਾਂ ਇੰਨੀ ਖੁਸ਼ੀ ਹੈ ਵੀ ਹੁਣ ਤਾਂ ਆਸ ਗਵਾਂਢ 'ਚ ਨਾ ਜਦੋਂ ਮੇਰੀ ਨੂੰਹ ਲਿਆ ਕੇ ਮੇਰੀ ਥੇਲੀ 'ਤੇ ਪੈਸੇ ਧਰੂਗੀ, ਮੇਰੀ ਤਾਂ ਟੌਹਰੇ ਵੱਖਰੀ ਹੋਊਗੀ, ਜਿਹੜੀਆਂ ਮੈਨੂੰ ਮਿਹਣੇ ਮਾਰਦੀਆਂ ਸੀ ਨਾ ਉਹਨਾਂ ਦੇ ਦੇਖੀ ਕਹਿੰਦੀ ਐਵੇਂ ਮੂੰਹ ਬੰਦ ਕਰਾਊਂਗੀ ਮੈਂ। ਚਲੋ ਸ਼ੁਕਰ ਹੈ, ਬੇਬੇ ਨੂੰ ਸਮਝ ਤਾਂ ਆਈ ਹੈ ਇਸ ਗੱਲ ਦੀ। ਹਾਂ ਬਸ ਆਪਾਂ ਵੀ ਯਾਰ ਨਾ ਜਦੋਂ ਤੇਰੀ ਹੁਣ ਤਨਖਾਹ ਆਈ ਬੇਬੇ ਦੇ ਹੱਥ 'ਚ ਪਾ ਰਹੇ ਇੰਨੇ ਕੁ ਨਾਲ ਉਹਦਾ ਮਨ ਖੁਸ਼ ਹੋ ਜਾਵੇ। ਫੜਾ ਤਾਂ ਉਹਨੇ ਆਪਾਂ ਨੂੰ ਇਹ ਦੇਣੀਆਂ ਵੀ ਭਾਈ ਮੈਂ ਕਿਹੜਾ ਰੱਖਣੇ ਨੇ ਤੁਹਾਡੀ ਆ ਤੁਹਾਡੇ ਪੈਸੇ ਨੇ, ਕਿਹੜਾ ਉਹਦਾ ਮਾਣ ਤਾਣ ਕਰ ਦਿਆ ਕਰਾਂਗੇ। ਠੀਕ ਹੈ ਤਨਖਾਹ ਵੀ ਆਉਣ ਵਾਲੀ ਹੈ, 4-5 ਦਿਨਾਂ ਤੱਕ ਤਨਖਾਹ ਆ ਜੂਗੀ। ਚਲ ਠੀਕ ਹੈ, ਦੁੱਧ ਸਵਾਦ ਬਣਾਇਆ। ਅੱਛਾ ਜੀ ਤੈਂ ਬਣਾਇਆ ਕਿ ਮੰਮੀ ਨੇ? ਮੈਂ ਹੀ ਬਣਾਇਆ ਜੀ। ਠੀਕ ਹੈ। ਹਾਂਜੀ ਹਾਂਜੀ ਵੀਰੇ ਮੈਂ ਤਾਂ ਠੀਕ ਹਾਂ, ਤੁਸੀਂ ਸੁਣਾਓ ਕਿਵੇਂ ਹੋ? ਅੱਛਾ ਅੱਛਾ ਨਹੀਂ ਮੈਂ ਤਾਂ ਬਹੁਤ ਖੁਸ਼ ਹਾਂ ਆਪਣੀ ਜੌਬ ਤੋਂ, ਅਤੇ ਤੁਸੀਂ ਵੀ ਹੁਣ ਬਾਹਲਾ ਟਾਈਮ ਹੋ ਗਿਆ, 3 ਮਹੀਨੇ ਤਾਂ ਮੈਨੂੰ ਜੌਬ 'ਤੇ ਜਾਂਦੀ ਨੂੰ ਹੋ ਗਏ, ਤੁਸੀਂ ਗੇੜਾ ਹੀ ਨਹੀਂ ਮਾਰਿਆ ਮੁੜ ਕੇ, ਆ ਕੇ ਜਾਇਓ ਤੁਸੀਂ ਮੇਰੇ ਕੋਲ। ਠੀਕ ਹੈ ਵੀਰੇ ਹੁਣ ਤਾਂ ਬੇਬੇ ਵੀ ਬਾਹਲਾ ਖੁਸ਼ ਆ, ਹੁਣ ਨਹੀਂ ਮੈਨੂੰ ਕੁਛ ਵੀ ਕਹਿੰਦੀ ਹੈਗੀ, ਸਮਝਦਾਰ ਹੋ ਗਈ। ਉਹ ਸ਼ੁਕਰ ਹੈ ਨਹੀਂ ਭੈਣੇ ਸ਼ੁਕਰ ਹੈ, ਜਿਉਂਦੀ ਵੱਸਦੀ ਰਹਿ, ਉਹ ਤੈਂ ਤਾਂ ਮੈਨੂੰ ਜਿਉਂਦਿਆਂ 'ਚ ਕਰਤਾ ਸਹੁੰ ਤੇਰੀ। ਉਹ ਭੈਣੇ ਮੇਰੇ ਤਾਂ ਇੱਕੋ ਹੀ ਯਕੀਨ ਤੀ ਹੈ ਵੀ ਤੈਨੂੰ ਨੌਕਰੀ ਪੱਕਾ ਮਿਲੂਗੀ ਮਿਲੂਗੀ,
ਊਈਂ ਥੋੜ੍ਹੀ ਮੈਂ ਆ ਨੌਹਾਂ 'ਚ ਮਿੱਟੀ ਪੋਈ ਫਿਰਦਾ ਹੈਂ। ਚੱਲ ਸ਼ੁਕਰ ਹੈ। ਅੱਛਾ ਮੰਨ ਗਏ ਵੀ? ਚੱਲ ਬਹੁਤ ਵਧੀਆ। ਉਹ ਤਾਂ ਮੈਨੂੰ ਪਤਾ ਹੈ ਵੀ ਆਪ ਹੀ ਪੇਪਰ ਭਰਿਆ ਸੀਗਾ ਤੇਰੇ ਉਹ ਆਹੋ ਫਾਰਮ ਕਹਿ ਲਿਆ ਚਾਹੇ। ਚੱਲ ਸ਼ੁਕਰ ਹੈ, ਹੁਣ ਜੀ ਲਾ ਕੇ ਬਿਨਾਂ ਛੁੱਟੀਆਂ ਮਾਰੇ ਕਰੀ ਨੌਕਰੀਆਂ ਹੈਂ। ਆਹੋ ਚੰਗਾ, ਜਿਉਂਦੀ ਵੱਸਦੀ ਰਹਿ। ਚਲੋ ਠੀਕ ਹੈ ਵੀਰੇ, ਮੈਂ ਨਾ ਫਿਰ ਗੱਲ ਕਰਦੀ, ਮੈਂ ਨਾ ਲੇਟ ਹੋਈ ਜਾਂਦੀ ਹਾਂ ਜੋਬ ਲਈ। ਠੀਕ ਹੈ ਬਾਏ ਬਾਏ। ਲੇਟ ਹੋ ਗਈ ਮੈਂ, ਦੇਖਾਂ ਇੱਕ ਵਾਰੀ ਰੋਟੀ, ਦੇਖਾਂ ਮੈਂ ਲੇਟ ਹੋ ਗਈ ਹੁਣ ਤਾਂ ਜਮਾ ਹੀ। ਲੈ ਰੋਟੀ ਤਾਂ ਬਣਾਈ ਨਹੀਂ ਮੰਮਾ ਨੇ, ਮੰਮਾ ਵੀ ਪਤਾ ਨਹੀਂ ਸਿਰ ਸਿਰ ਕਿੱਥੇ ਚਲੇ ਗਏ। ਚੱਲ ਕੋਈ ਨਾ, ਉੱਥੇ ਹੀ ਜਾ ਕੇ ਖਾ ਲਾਂਗੀ ਮੈਂ। ਅਜੇ ਲੇਟ ਹੋ ਗਈ ਮਾਂ। ਹੋਰ ਪੁੱਤ, ਬਸ ਉਹ ਬੁੜੀਆਂ ਦਾ ਤੈਨੂੰ ਪਤਾ ਹੀ ਆ, ਉਹ ਗੱਲਾਂ ਮਾਰਨ ਲੱਗ ਗਈਆਂ ਹੋਣਗੀਆਂ। ਹਾਂ ਦੁੱਖ ਸੁੱਖ ਕਰਨ ਲੱਗ ਜਾਂਦੇ ਆ, ਮੈਨੂੰ ਵੀ ਲੱਗਿਆ ਮੈਂ ਅੱਜ ਮੈਂ ਲੇਟ ਆ। ਦੁੱਖ ਸੁੱਖ ਕਾਹਨੂੰ, ਚੁਗਲੀਆਂ ਕਰਨ ਲੱਗ ਗਈਆਂ ਹੋਣਗੀਆਂ। ਚੁਗਲੀਆਂ ਕਰਦੇ ਗਾ। ਹਾਂ ਹੋਰ ਕੀ ਹੈ, ਟਿਕ ਜਾ ਕਰ। ਓਹੋ ਹੌਲੀ ਪੁੱਤ। ਮੰਮੀ ਤੁਸੀਂ ਕਿੱਥੇ ਗਏ ਸੀ ਸਿਰ ਸਿਰ? ਆ ਦੇਖ ਪੁੱਤ, ਮੈਂ ਗੁਰਦੁਆਰੇ ਗਈ ਸੀ। ਰੋਟੀ ਨਹੀਂ ਬਣਾਈ ਤੁਸੀਂ? ਲੈ ਮੈਂ ਹੁਣ ਬਣਾ ਦਿੰਦੀ ਹਾਂ 2 ਮਿੰਟਾਂ 'ਚ। ਮੈਂ ਲੇਟ ਹੋ ਗਈ ਪੁੱਤ, ਬਸ ਹੁਣ ਬਣਾਉਂਦੀ ਹਾਂ ਮੈਂ 2 ਮਿੰਟਾਂ 'ਚ। ਨਾ ਨਾ ਮੰਮੀ ਰਹਿਣ ਦਿਓ, ਮੇਰਾ ਵੀ ਟਾਈਮ ਹੋ ਗਿਆ ਜੋਬ ਦਾ, ਮੈਂ ਉੱਥੇ ਹੀ ਖਾ ਲਾਂਗੀ। ਚੰਗਾ ਬਾਏ। ਪੁੱਤ ਤੈਨੂੰ ਭੁੱਖ ਲੱਗੂ, 2 ਮਿੰਟ ਦਾ ਕੀ ਹੁੰਦਾ? ਨਹੀਂ ਕੋਈ ਨਾ, ਮੈਂ ਲੇਟ ਹੋ ਰਹੀ ਹਾਂ, ਮੈਂ ਜਾਂਦਾ ਬਾਏ। ਆ ਗਿਆ ਪੂੜੇ। ਲੈ ਵੀ ਆ ਤਾਂ, ਬਾਕੀ ਆ ਕੇ ਕਰੂੰਗਾ, ਪਹਿਲਾਂ ਮੈਡਮ ਨੂੰ ਛੱਡਿਆ ਮੈਂ। ਓਏ ਆ ਜਾ ਸੀਰਤ, ਹੋਈ ਨਹੀਂ ਤਿਆਰ ਹਜੇ। ਇਹਦੀਆਂ ਤਿਆਰੀਆਂ ਨਹੀਂ ਮੁੱਕਦੀਆਂ ਹੈਗੀਆਂ, ਕਰੀ ਜਾਂਦੀ ਉਹ ਸ਼ੀਸ਼ੇ ਮੂਹਰੇ ਹਾਰ ਸ਼ਿੰਗਾਰ। ਓ ਸੀਰਤ। ਹਾਂਜੀ। ਉਹ ਕਿੰਨੇ ਕੁ ਬਾਜਾਂ ਮਾਰਾਂ ਹੋਰ? ਆ ਗਈ ਜੀ, ਆ ਸਾਹਮਣੇ ਖੜੀ ਆ ਤੁਹਾਡੇ। ਆਹੋ ਸਾਹਮਣੇ ਖੜੀ ਹੈਗੀ, ਹਲਕ ਮੇਰਾ ਪਾੜ ਗਿਆ ਬਾਜਾਂ ਮਾਰਦੇ ਦਾ, ਅੱਗੇ ਸਾਹਮਣੇ ਖੜੀ ਆ। ਪਾਣੀ ਲਿਆ ਦਿੰਦੀ ਆ ਮੈਂ। ਲੇਟ ਹੋਈ ਜਾਂਦੀ ਹੈ। ਚੱਲ ਪਨਾ, ਇੰਨਾ ਤੈਨੂੰ ਕੀ ਉੱਥੇ ਹਾਰ ਸ਼ਿੰਗਾਰ ਕਰਨ ਨੂੰ ਹੋਇਆ? ਸ਼ੀਸ਼ੇ ਮੂਹਰੇ ਖੜੀ ਚਨੇ ਮਿਚੀ। ਹਾਰ ਸ਼ਿੰਗਾਰ ਨੂੰ ਮੈਂ ਕਰਦੀ ਕਿ? ਉਹ ਤਾਂ ਵੀਰੇ ਦਾ ਫੋਨ ਆ ਗਿਆ ਸੀ, ਤਾਂ ਗੱਲ ਕਰਨ ਲੱਗੀ ਮੈਂ ਉਹਦਾ ਨਾਲ। ਵੀਰੇ ਦਾ ਫੋਨ ਆ ਗਿਆ ਸੀ? ਉਹੀ ਬੋਲੀ ਆਉਂਗੇ ਤੁਸੀਂ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਚਾਹੇ ਲੇਟ ਪਹੁੰਚੋ ਚਾਹੇ ਜਲਦੀ, ਤੁਹਾਨੂੰ ਪਤਾ ਨਹੀਂ ਕਿਉਂ ਕਾਲੀ ਹੁੰਦੀ ਆ ਹਰ ਵਾਰੀ। ਮੈਂ ਵਿਚਾਲੇ ਕੰਮ ਛੱਡ ਕੇ ਜਾਣਾ ਪੈਂਦਾ ਮੈਨੂੰ, ਫਿਰ ਮੈਂ ਆਪੇ ਚਲੀ ਜਾਂਦੀ ਆ। ਓਏ ਬਹਿ ਜਾ ਬਹਿ ਜਾ, ਪਰ ਆਪੇ ਚਲੀ ਜਾਂਦੀ ਆ, ਲੱਤਾਂ ਦੁਖਣ ਲੱਗ ਜਾਣਗੀਆਂ ਨਾਲੇ। ਆਹੋ ਕੋਈ ਨਾ, ਫਿਰ ਆ ਕੇ ਕਹੇਗੀ ਲੱਤਾਂ ਦੁਖਦੀਆਂ ਨੇ। ਚੰਗਾ। ਹੁੰਦੇ ਪਿਆ ਹੁਣ ਲੈਣੀਆਂ 5-10 ਮਿੰਟ, ਕੰਮ ਕਿਹੜਾ ਹੁੰਦਾ। ਲੈ ਆ ਗਿਆ। ਉਹ ਕਿਵੇਂ ਮੰਜਾ ਬਾਰੇ 'ਚ ਲਈ ਆਉਣੀਆਂ ਵਾ? ਫਿਰ ਪੁੱਛ ਨਾ ਮੰਜੇ ਦੀ ਗੱਲ, ਤਾਂ ਇੱਕ ਤਾਂ ਇਹ ਕੁਆਂਟਲ ਕੁਆਂਟਲ ਦੇ ਕਰਾ ਰੱਖੇ ਨੇ। ਨਾ ਉਸ ਤਾਂ ਤੂੰ ਵੀ ਉਹਨਾਂ ਨਾਲ ਲੜਦੀ ਸੀ ਮਿਸਤਰੀਆਂ ਨਾਲ ਜਾ ਕੇ ਵੀ ਮੰਜਾ ਭਾਈ ਭਾਰੀ ਕਰ ਦਿਓ। ਅੱਜ ਤਾਂ ਪਤਾ ਨਹੀਂ ਕੀ ਹੋ ਰਿਹਾ ਫਤਿਹ ਪੁੱਤ, ਪਹਿਲਾਂ ਤਾਂ ਉਹ ਸੀਰਤ ਵਿਚਾਰੀ ਭੁੱਖੀ ਗਈ ਆ, ਮੈਂ ਗੁਰਦੁਆਰਿਓਂ ਲੇਟ ਹੋ ਗਈ, ਰੋਟੀ ਗਣੀਓ ਰੋਟੀ ਨਾਲ ਇਹੀ ਟਾਈਮ 'ਤੇ, ਅਤੇ ਮੈਨੂੰ ਐਂ ਸੀ ਮਹਾਂ ਤੈਨੂੰ ਨਾ ਕਹਿ ਦੇ ਵੀ ਮੈਂ ਤਾਂ ਰੋਟੀ ਬਿਨਾਂ ਖਾਧੇ ਹੈਗੀ, ਮੰਮੀ ਨੇ ਰੋਟੀ ਨਹੀਂ ਬਣਾਈ, ਕਿਹਾ ਤਾਂ ਨਹੀਂ। ਉਹਨੇ ਤਾਂ ਕੁਛ ਨਹੀਂ ਕਿਹਾ ਹੈਗਾ, ਤੂੰ ਐਵੇਂ ਨਾ ਆਪਦੇ ਮਨ 'ਚ ਹੋਰ ਗੱਲਾਂ ਲਿਆ,
ਉਹ ਤਾਂ ਵਿਚਾਰੀ ਕੀ ਕਹਿੰਦੀ ਆ, ਪਹਿਲਾਂ ਵੀ ਕੀ ਕਹਿੰਦੀ ਸੀ, ਇੱਥੋਂ ਦੁਖਦੇ ਨੇ ਕੀ ਕਰਾਂ। ਉੱਥੇ ਨਾ ਜਾਇਆ ਕਰ, ਮੈਂ ਤੇਰੇ ਨਾਲ ਲੜਦਾ ਪਿੱਟਦਾ ਮਰ ਗਿਆ, ਤੂੰ ਨਹੀਂ ਹਟਦੀ ਹੈਗੀ। ਪਰ ਜਾਣਾ ਪੈਂਦਾ, ਇਹ ਤਾਂ ਨਿਤਨੇਮ ਹੈ ਮੇਰਾ, ਰੋਜ਼ ਦਾ ਘਰੇ ਬਹਿ ਕੇ ਨਿਤਨੇਮ ਕਿਉਂ ਨਹੀਂ ਕਰਦੀ? ਚੱਲ ਕੋਈ ਨਾ, ਤੂੰ ਮੈਨੂੰ ਐਂ ਦੱਸ, ਮੈਂ ਚਾਹ ਬਣਾ ਲਿਆ ਨਾਲੇ ਪਰੌਂਠੇ। ਲਿਖ ਲਾ ਜੇ ਖਪਾਉਣੀਆਂ ਨੇ ਮੈਨੂੰ ਵੀ, ਨਹੀਂ ਮੈਂ ਵੀ ਵਖ ਜਾਂਦਾ ਖੇਤ ਦਾ ਹੀ। ਖੇਤ ਜਾ ਕੇ ਕੰਮ ਕਿਵੇਂ ਕਰੇਗਾ ਭੁੱਖਾ? ਮਰੂਦ ਮਰਾਦ ਖਾ ਲੂੰਗਾ ਉੱਥੇ, ਹੋਰ ਕੀ ਹੈ। ਮਰੂਦ ਉੱਥੇ ਤੇਰੇ ਪਿਓ ਨੇ ਲਾਇਆ ਹੁਣ? ਲਾਏ ਤਾਂ ਪਿਓ ਦੀ ਹੋਏ ਨੇ, ਪਰ ਲੱਗ ਨਹੀਂ ਪੱਕੇ ਨਹੀਂ ਹੈਗੇ। ਪੱਕੇ ਨਹੀਂ ਅਜੇ। ਲਿਆ ਫਿਰ। ਮੈਂ ਲਿਓ ਨਹੀਂ ਆ ਪੁੱਤ, ਲੱਗਣਗੇ 10 ਮਿੰਟ। ਲਾ ਦੇ ਚਾਹੇ 20 ਮਿੰਟ ਲਾ ਦੇ। ਚੰਗਾ। ਯਾਰ ਬਾਪੂਏ ਹੋਏ, ਕਿੱਥੇ ਪੈਣ ਦਾ ਟਾਈਮ ਆ। ਉਹ ਕਰਦੀ ਏ ਕੰਮ ਜਾ। ਉਹ ਕਹੀ ਧਰੀ ਦੀ ਉਰੇ ਮੈਂ। ਆ ਭਈਆ ਕਹੀ ਕਿਹੜਾ ਢੰਗ ਨਾਲ ਧਰਕੇ ਜਾਂਦਾ, ਕਹੀ ਦੇਖ ਕਿਹੜੇ ਹਿਸਾਬ ਸਿੱਟੀ ਆ। ਚੱਲ ਮੈਂ ਕੰਮ ਕਰਦਾ ਜਿਹੜਾ ਰਹਿੰਦਾ ਸੀਗਾ। ਕਰ ਲੈ ਕਰ ਲੈ, ਬਾਹਲਾ ਸਿਆਣਾ ਮੇਰਾ ਪੁੱਤ ਤਾਂ। ਆਹੋ ਪੁੱਤੇ ਸਿਆਣੇ। ਬੱਤਿਆ ਹੁਣ ਲਾਈਏ ਚ, ਗੋਭੀ ਗੋਭੀ ਲਾ ਦਾਂਗੇ। ਮੂਲੀਆਂ ਤਾਂ ਨਿਕਲੀਆਂ ਸੁੱਖ ਨਾਲ। ਫਤਿਹ ਪੁੱਤ। ਹਾਂ ਮਾਂ। ਆ ਜਾ ਚਾਹ ਪੀ ਲੈ। ਧਰ ਲਾ ਆਉਣਾ ਕੋਈ ਨਾ। ਆ ਜਾ ਫਿਰ ਠੰਡੀ ਹੋ ਜੂਗੀ। ਮੂਲੀਆਂ ਤਾਂ ਨਿਕਲ ਆਈਆਂ, ਮੇਥੇ ਵੀ ਹੋ ਗਏ। ਉਧਰ ਮਹਾ ਚੱਲ ਬੱਟਾ ਬਣਾ ਕੇ ਗੋਭੀ ਲਾ ਦਾਂਗੇ ਹਨਾ। ਹਾਂ ਗੋਭੀ ਲਾ ਦੀ, ਤੇਰੀ ਮਰਜ਼ੀ ਜਿਹੜਾ ਕੁਛ ਲਾਉਣਾ ਲਾ ਦੇ। ਮੈਂ ਤਾਂ ਕਹਿੰਦੀ ਹਾਂ ਥੋੜ੍ਹੀ ਜਿਹੀ ਸਰੋਂ ਵੀ ਸਿੱਟਦੀ, ਘਰ ਹੀ ਤੋੜ ਕੇ ਸਾਗ ਧਰ ਲਿਆ ਕਰਾਂਗੇ ਹੈ ਨਾ। ਸਰੋਂ ਮਾਂ ਕਰ ਸਿੱਟਦਾਂਗੇ ਫਿਰ। ਆਹੋ ਐਂ ਕਰ, ਪਿੱਛੇ ਤਾਂ ਗੋਭੀ ਲਾ ਦਾਂਗੇ, ਮਟਰ ਲਾ ਦਾਂਗੇ। ਘਰ ਦੀ ਸਬਜ਼ੀ ਹੋ ਜੂ। ਹੋਰ ਮੈਂ ਪੁੱਤ ਤੈਨੂੰ ਐਂ ਕਹਿੰਦੀ ਸੀ। ਹਾਂ ਮਾਂ ਬੋਲ। ਜਿਹੜੀ ਉਹੀ ਗੱਲ ਹੈ, ਪਹਿਲਾਂ ਵਾਲੀ ਤਨਖਾਹ ਸੀ ਉਹ ਤਾਂ ਚੱਲ ਚੁੱਲ ਗਈ, ਅਤੇ ਹੁਣ 2 ਮਹੀਨੇ ਹੋ ਗਏ ਆਹ ਤਨਖਾਹ ਮੇਰੇ ਕੋਲ ਆਈ ਹੋਈ ਨਹੀਂ ਹੈਗੀ। ਆਈ ਨਹੀਂ ਹੋਣੀ, ਮੈਂ ਤਾਂ ਉਹਨੂੰ ਦਿੱਤੀ ਨਹੀਂ ਹੋਣੀ ਤਨਖਾਹ। ਆਹ ਤਾਂ ਹੁਣ 2 ਮਹੀਨੇ ਕਿੱਦਾਂ ਦੇ, ਕਾਂ ਦਿਨ ਉੱਤੋਂ ਦੀ ਵੱਗ, 4-5 ਦਿਨ ਉੱਤੋਂ ਦੀ ਵੱਗ ਗਿਆ, ਇੰਨਾ ਥੋੜ੍ਹਾ ਹੁੰਦਾ। ਤਾਂ ਹੁਣ ਜਦੋਂ 1 ਤਰੀਕ ਤੋਂ 1 ਤਰੀਕ ਹੀ ਹੁੰਦੀ ਆ। ਚੱਲ ਕੋਈ ਨਾ, ਪੁੱਛ ਲੂੰਗਾ ਮੈਂ ਉਹਨੂੰ ਆ ਜਾਣ ਦੇ। ਮੈਂ ਤਾਂ ਇਹ ਕਹਿੰਦੀ ਸੀ ਮੇਰੇ ਕੋਲ ਨਾ 1-2 ਦਿਨ ਵਿਹਲੇ ਜੇ ਆ, ਫਿਰ ਮੈਂ ਭੋਗ 'ਤੇ ਵੀ ਜਾਣਾ, ਨਹੀਂ ਤੈਨੂੰ ਪਤਾ ਹੀ ਆਪਣੀ ਸਕਰੀ 'ਚ ਵਿਆਹ ਦੇ, ਉੱਥੇ ਵੀ ਜਾਣਾ, ਨਹੀਂ ਤਾਂ ਮੈਂ ਇਹਨੂੰ 2 ਸੂਟ ਲਿਆ ਦਿੰਦੀ, ਉਹੀ ਸਾਵੇਂ ਜੇ ਪਾ ਕੇ ਵਗ ਜਾਂਦੀ ਆ ਰੋਜ਼। ਅਤੇ ਨਾਲੇ ਘਰ ਦਾ ਸੌਦਾ ਪੱਤਾ ਜਿਹਾ ਮੁੱਕਿਆ ਪਿਆ, ਉਹ ਲਿਆਉਂਦੀ। ਆਏਗਾ ਇਹਦਾ ਘਰ ਹੈ ਪੁੱਤ, ਲੋੜ ਤਾਂ ਰਹਿੰਦੀ ਹੋਈ ਹਰ ਵਕਤ। ਠੀਕ ਹੈ ਮਾਂ, ਸੌਦਾ ਪੱਤਾ ਤਾਂ ਆਪਣੇ ਆਧਾਰ ਚੱਲਦੀ ਹੈਗੀ। ਜ਼ਰੂਰੀ ਲਿਆਉਣੀ ਆ ਹੁਣ ਆਧਾਰ, ਜਦੋਂ ਆਪਣੇ ਮਹੀਨੇ ਦੀ ਮਹੀਨੇ ਪੈਸੇ ਆਉਂਦੇ ਆ, ਹੁਣ ਵੀ ਉਹ ਕਿਦਾਰ। ਅੱਗੇ ਤਾਂ ਚੱਲ ਫਸਲ ਦਾ ਤੀ ਭਾਈ, 6 ਬਾਅਦ ਫਸਲ ਜਾਂਦੀ ਹੈ, 6 ਮਹੀਨਿਆਂ ਬਾਅਦ ਆਪਾਂ ਕਰ ਲਾਂਗੇ ਸਾਹਿਬ, ਹੁਣ ਜ਼ਰੂਰੀ ਆ, ਹੁਣ ਉਹੀ 6 ਮਹੀਨੇ ਵਾਲੇ ਚੱਲੂਗਾ। ਚੱਲ ਕੋਈ ਨਾ, ਫਿਰ ਕੀ ਫਾਇਦਾ ਨੌਕਰੀ 'ਤੇ ਲਾਈ ਦਾ, ਉਹ 'ਚ ਕੋਈ ਨਾ ਮੈਂ ਕਰ ਲੂੰਗਾ ਗੱਲ। ਆਹੋ ਫਿਰ ਐਵੇਂ ਪਾਰਾ ਨਾ ਵਧਾਇਆ ਕਰ, ਤੂੰ ਠੰਡੀ ਰਿਹਾ ਕਰ। ਪਾਰਾ ਨਹੀਂ ਮੈਂ ਵਧਾਉਂਦੀ ਪੁੱਤ, ਮੈਂ ਤਾਂ ਹੁਣ ਬੋਲੀ ਨਹੀਂ ਸੀ, 2 ਮਹੀਨੇ ਤਨਖਾਹ ਪਈ ਆ, ਮੈਂ ਕਿਹਾ ਅੱਜ ਕੇ ਹੈਗਾ ਵੀ ਜਦੋਂ ਆਹ ਮਹੀਨਾ ਵੀ ਲੰਘ ਗਿਆ। ਕੋਈ ਨਾ ਫਿਰ ਮੈਂ ਕਹੀਂ ਤਾਂ ਜਾਂਦਾ। ਹਾਂ ਫਿਰ ਆਪ ਤੂੰ ਹੀ ਸੋਚ ਲਿਆ ਕਰੋ, ਹੁਣ ਮੈਂ ਦੱਸ ਸਾਰਾ ਦਿਨ ਕੀ ਕਰਾਂ, ਕਬੀਲਦਾਰੀ ਦਾ ਮੈਨੂੰ ਪਤਾ ਹੈ ਮੈਂ ਕਿਵੇਂ ਚਲਾਉਂਦੀ ਹਾਂ, ਬਹੁਤ ਖਰਚ ਹੁੰਦਾ, ਮਾੜੀ ਮਾੜੀ ਚੀਜ਼ 'ਤੇ ਪੈਸਾ ਚਾਹੀਦਾ, ਮਾੜੀ ਮਾੜੀ ਚੀਜ਼ 'ਤੇ ਪੈਸਾ ਚਾਹੀਦਾ। ਚੱਲ ਕਰ ਲੂੰਗਾ ਮੈਂ ਗੱਲ ਕੋਈ। ਕਰ ਲਈ ਬੇ, ਉਹ ਸੱਚ ਪਰੌਂਠੇ ਲਾਏ ਸੀ, ਮੈਂ ਤਾਂ ਤੈਨੂੰ ਚਾਹ ਹੀ ਫੜਾਤੀ ਕੱਲੀ, ਹੁਣ ਤਾਂ ਚਾਹ ਵੀ ਮੁੱਕ ਗਈ। ਚਾਹ ਵੀ ਮੁੱਕ ਗਈ, ਚਾਹ ਤਾਂ ਚੱਲ ਮੈਥੋਂ ਲੈ ਲਾ, ਚੱਲ ਹੁਣ 10 ਮਿੰਟ ਠਹਿਰ ਕੇ ਖਾ ਲਈ। ਚੱਲ ਮੈਂ ਬਾੜੀਏ ਕੁੱਟ ਦਿੰਦੇ ਨੇ, ਆਹ ਫੜ ਜਾ, ਮੇਰੀ ਚਾਹ ਤਾਂ ਹਜੇ ਰਹਿੰਦੀ ਹੈ, ਤੂੰ ਤਾਂ 2 ਘੁੱਟਾਂ 'ਚ ਪੀ ਗਿਆ।
ਬੜਾ ਦੋ ਜੁੱਤੀ ਚ ਵਸਾਇਆ ਤੇ ਰੱਬਾ, ਕੀ ਕਰਾਂ। ਓ ਮਾਈ ਗੋਡ, ਕੰਮ ਕਰਦੀ ਕਰਦੀ ਵੀ ਨਾ ਥੱਕ ਜਾਂਦੀ ਆ। ਇੱਕ ਤਾਂ ਆਫਿਸ 'ਚ ਫਤਿਹ ਇੰਨਾ ਕੰਮ ਹੁੰਦਾ, ਇੱਕ ਘਰੇ। ਹੈਲੋ, ਹਾਂ ਫਤਿਹ, ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਕੀ ਹੋਇਆ ਤੁਹਾਨੂੰ, ਕੀ ਸੋਚੀ ਜਾਂਦੇ ਹੋ? ਉਹ ਕੁਛ ਨਹੀਂ ਸੋਚ ਰਿਹਾ ਯਾਰ, ਮੈਂ ਕੀ ਸੋਚਣਾ। ਕੋਈ ਨਾ ਕੋਈ ਗੱਲ ਤਾਂ ਹੈਗੀ ਆ। ਓਏ ਤੂੰ ਐਵੇਂ ਟੈਨਸ਼ਨ ਲੈ ਜਾਏਂਗੀ, ਇਹ ਤਾਂ ਚੱਲਦੀ ਰਹਿੰਦੀਆਂ ਨੇ ਗੱਲਾਂ। ਨਹੀਂ ਜੀ, ਤੁਸੀਂ ਮੈਨੂੰ ਦੱਸੋ ਕੀ ਗੱਲ ਹੈ। ਓਏ ਮਾਂ ਨੇ ਟੈਨਸ਼ਨ ਪਾਤੀ, 2 ਮਹੀਨੇ ਦੀ ਮੈਨੂੰ ਐਂ ਦੱਸ ਪਹਿਲਾਂ ਤਨਖਾਹ ਆਈ ਹੈ ਕਿ ਨਾ ਤੈਨੂੰ? ਹਜੇ ਤੱਕ ਆਈ ਨਹੀਂ ਤਨਖਾਹ ਜੀ, ਮੈਂ ਵੀ ਉਸੇ ਵੇਟ 'ਚ ਬੈਠੀ ਹਾਂ। ਉਹ ਮਾਂ ਵੀ ਇਹੀ ਕਹੀਆਂ ਦੀ ਵੀ ਪੁੱਤ ਆਹ 2 ਮਹੀਨੇ ਦੀ ਤਨਖਾਹ ਮੈਨੂੰ ਫੜਾਈ ਨਹੀਂ ਹੈਗੀ ਸੀਰਤ ਨੇ, ਵੀ ਮੈਂ ਬਾਜ਼ਾਰ ਜਾਣਾ ਸੀਗਾ, ਨਾਲੇ ਮੈਂ 2 ਸੂਟ ਉਹਨੂੰ ਲਿਆ ਦੂੰਗੀ, ਸਿੱਧਾ ਪੱਤਾ ਲਿਆਉਣਾ ਗਾ, ਵੀ 2 ਵਿਆਹ ਆ ਰਹੇ ਨੇ ਅੱਗੇ ਵੀ, ਤਾਂ ਕਰਕੇ ਉਹੀ ਸੂਟ ਜੇ ਪਾਈ ਫਿਰੀ ਜਾਂਦੀ ਹੈਗੀ। ਬਸ ਕਰੋ ਫਤਿਹ, ਮੈਂ ਸਭ ਜਾਣਦੀ ਹਾਂ, ਇਹ ਤਾਂ ਸਿਰਫ ਇੱਕ ਬਹਾਨਾ ਹੈ ਸੂਟਾਂ ਦਾ ਕਿ ਮੈਨੂੰ ਸੂਟ ਦਵਾ ਦੇਣਗੇ। ਤਨਖਾਹ ਤਾਂ ਉਹਨਾਂ ਨੂੰ ਚਾਹੀਦੀ ਹੈ, ਆਪਦੇ ਖਰਚੇ ਨਹੀਂ ਮੁੱਕਦੇ ਉਹਨਾਂ ਦੇ। ਓਏ ਉਹਨਾਂ ਦੇ ਉਹਨੇ ਕੀ ਕਿੱਥੇ ਖਰਚਣੇ ਨੇ ਮੈਨੂੰ ਐਂ ਤਾਂ ਦੱਸ ਦੇ। ਉਹੀ ਪੁਰਾਣੇ ਸ਼ੋਲ ਜੇ ਲਈ ਫਿਰੀ ਜਾਂਦੀ ਆ ਉਹ, ਕਾਹ 'ਚ ਖਰਚਦੇ ਉਹਨੇ ਪੈਸੇ? ਫਿਰ ਉਹਨਾਂ ਨੂੰ ਪੂਰੀ ਤਨਖਾਹ ਕਿਉਂ ਚਾਹੀਦੀ ਹੁੰਦੀ ਹੈ? ਤੇਰੇ ਬਾਰੇ ਵੀ ਸੋਚ ਰਹੀ ਹੈ, ਤੂੰ ਪੋਜ਼ਿਟਿਵ ਵੀ ਸੋਚ ਸਕਦੀ ਆ ਵੀ ਤੇਥੋਂ ਜਾਣ ਦਾ ਟਾਈਮ ਨਹੀਂ ਲੱਗਦਾ ਹੈਗਾ, ਤੈਨੂੰ 2 ਸੂਟ ਲਿਆ ਦੂਗੀ। ਅੱਗੇ ਕਦੇ ਲਿਆ ਕੇ ਦੇਣੇ? ਅੱਗੇ ਤਨਖਾਹ ਕਿੰਨੀ? 3 ਮਹੀਨੇ ਹੋ ਗਏ ਮੈਨੂੰ ਜੋਬ ਤੇ ਲੱਗੇ। 1 ਮਹੀਨੇ ਦੀ ਤਨਖਾਹ ਫੜਾਈ ਉਹ ਤਾਂ ਚੱਲ ਆਈ ਲੰਘ ਜਾਂਦੀ ਹੈ, ਕਿਤੇ ਸੁੱਖਾਂ ਦੇਣ ਦੀ, ਕਿਤੇ ਗੁਰਦੁਆਰੇ ਮੱਥਾ ਟੇਕ ਆਏ, ਕਿਤੇ ਕਿਤੇ ਟੇਕ ਆਏ, ਦੱਸ ਮੈਨੂੰ ਆਹ 2 ਮਹੀਨੇ ਦੀ ਤਨਖਾਹ ਨਹੀਂ ਆਈ। ਫਿਰ ਹੁਣ ਇਸ ਫਤਿਹ ਮੇਰਾ ਕੀ ਕਸੂਰ ਹੈ ਜੇ ਤਨਖਾਹ ਨਹੀਂ ਆਈ ਹੈਗੀ? ਮੈਂ ਤਾਂ ਆਪਣੇ ਵੱਲੋਂ ਪੂਰਾ ਰਿਸਪੋਂਸ ਦੇ ਰਹੀ ਹਾਂ ਨਾ। ਹੁਣ ਮੇਰੀ ਗੱਲ ਸੁਣੋ ਫਤਿਹ, ਮੇਰੇ ਵੀ ਖਰਚੇ ਨੇ, ਜੇ ਮੈਂ ਸਾਰੀ ਤਨਖਾਹ ਇਹਨਾਂ ਨੂੰ ਦੇਣ ਲੱਗ ਗਈ ਫਿਰ ਮੈਂ ਕਿੱਥੇ ਜਾਵਾਂਗੀ? ਤੁਹਾਨੂੰ ਨਹੀਂ ਪਤਾ ਮੇਰੇ ਖਰਚੇ ਕਿੰਨੇ ਵੱਧ ਗਏ, ਸੂਟਾਂ ਦੇ ਖਰਚੇ ਹੁੰਦੇ ਨੇ, ਰੋਜ਼ ਦਾ ਜਾਣਾ ਆਉਣਾ ਜਾਣਾ ਕਿਰਾਇਆ। ਤੁਹਾਨੂੰ ਪਤਾ ਇਸ ਗੱਲ ਦਾ ਵੀ ਜਿਹੜੀ ਸਟਾਫ ਦੀਆਂ ਮੈਡਮਾਂ ਨੇ ਨਿੱਤ ਨਵੇਂ ਸੂਟ ਪਾ ਕੇ ਆਉਂਦੀਆਂ ਨੇ ਅਤੇ ਮੈਂ ਪੁਰਾਣੇ ਸੂਟਾਂ 'ਚ, ਮੈਨੂੰ ਸ਼ਰਮ ਮਹਿਸੂਸ ਨਹੀਂ ਹੁੰਦੀ? ਉਹ ਫਿਰ ਤੈਨੂੰ ਉਹੀ ਤਾਂ ਮਾਤਾ ਵੀ ਇਹੀ ਸੋਚਦੀ ਆ ਵੀ ਡੇਲੀ ਉਹੀ ਸੂਟ ਪਾ ਕੇ ਜਾਂਦੀ ਆ, ਤੂੰ ਚੰਗਾ ਹੀ ਸੋਚਦੀ ਆ ਤੇਰੇ ਬਾਰੇ, ਤੂੰ ਆਪਦੇ ਖਰਚੇ ਗਿਣਾਉਣ ਲੱਗ ਜਾ। ਤੂੰ ਸਿੱਧਾ ਸਿੱਧਾ ਕਹਿ ਦੇ ਬਈ ਮੈਂ ਤਾਂ ਦੇਣੀ ਨਹੀਂ ਤਨਖਾਹ। ਮੈਂ ਇਹ ਫਤਿਹ ਕਦੋਂ ਕਿਹਾ? ਤੁਸੀਂ ਵੀ ਬਸ ਮੰਮਾ ਦੀ ਸਾਈਡ ਲਓ, ਮੇਰੇ ਵੱਲ ਕਦੇ ਸਾਈਡ ਲਈਏ ਤੁਸੀਂ? ਉਹ ਯਾਰ ਮੈਂ ਸਾਈਡ ਲੈਂਦਾ ਤਾਂ ਮਾੜਾ, ਜੇ ਨਹੀਂ ਲੈਂਦਾ ਤਾਂ ਮਾੜਾ। ਮੈਂ ਤੈਨੂੰ ਕੀ ਕਿਹਾ ਭਲਾ, ਤੂੰ ਮੈਨੂੰ ਮਾੜਾ ਕਹੀ ਜਾਂਦੀ ਆ? ਮੈਂ ਤੁਹਾਨੂੰ ਮਾੜਾ ਨਹੀਂ ਕਿਹਾ ਹੈਗਾ, ਮੈਂ ਸਿਰਫ ਇੰਨੀ ਗੱਲ ਕਰੀ ਜਦੋਂ ਤਨਖਾਹ ਮਿਲੂਗੀ ਮੈਂ ਦੇ ਦਾਂਗੀ। ਚੁੱਪ ਰਹੂਗੀ, ਐਵੇਂ ਘਰ ਚ ਉਹੀ ਕੁੱਤ ਕਲੇਸ਼ ਹੋਊਗਾ, ਮੈਂ ਨਹੀਂ ਚਾਹੁੰਦਾ। ਜੇ ਉਹੀ ਕੁਛ ਕਰਨਾ ਤਾਂ ਤੁਹਾਡੀ ਮਰਜ਼ੀ ਹੈ, ਉਹ ਮਰਜ਼ੀ ਕਰਨੀ। ਫਤਿਹ ਮੇਰੇ ਚ ਲੜਨ ਦੀ ਹਿੰਮਤ ਨਹੀਂ ਹੈਗੀ, ਠੀਕ ਆ? ਜੇ ਤੁਸੀਂ ਕਹਿੰਦੇ ਹੋ ਅੱਧੀ ਤਨਖਾਹ ਦੇਣੀ ਹੈ ਮਾਤਾ ਨੂੰ, ਕੋਈ ਨਾ, ਅੱਧੀ ਤਨਖਾਹ ਮੈਂ ਦੇ ਰਿਹਾ ਕਰਾਂਗੀ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਲੜਨਾ ਪਰ ਰੋਜ਼ ਦਾ ਮੇਰੇ ਨਾਲ ਕਲੇਸ਼ ਨਾ ਕਰਿਆ ਕਰੋ। ਲੜਨ ਦਾ ਮੈਨੂੰ ਵੀ ਸ਼ੌਂਕ ਨਹੀਂ ਹੈਗਾ, ਠੀਕ ਆ? ਜੇ ਮਾਤਾ ਕੁਛ ਬੋਲਦੀ ਹੈ, ਵਿਚਾਰੇ ਤਾਂ ਮੈਂ ਆ ਨਾ, ਤੂੰ ਮੈਨੂੰ ਬੋਲ ਜਾਂਦੀ ਆ, ਮਾਂ ਮੈਨੂੰ ਬੋਲ ਜਾਂਦੀ ਆ, ਮੈਂ ਕਿੱਧਰ ਜਾਵਾਂ, ਦੱਸ ਮੈਨੂੰ। ਫਤਿਹ ਮੇਰਾ ਸਿਰ ਬਹੁਤ ਜ਼ਿਆਦਾ ਦਰਦ ਹੋ ਰਿਹਾ, ਆਫਿਸ 'ਚ ਬਥੇਰਾ ਕੰਮ ਸੀ। ਚੱਲ ਚੰਗਾ ਹੀ ਆ। ਮੰਮੀ ਜੀ, ਮੰਮੀ ਰੋਟੀ ਬਣਾਤੀ ਤੁਸੀਂ? ਨਾ ਨਾ ਭਾਈ, ਮੈਥੋਂ ਨਹੀਂ ਪੱਕਦੀਆਂ ਤੁਹਾਡੀਆਂ ਰੋਟੀਆਂ, ਨਾਲੇ ਮੈਂ ਕਿਹੜਾ ਤੁਹਾਡੀ ਨੌਕਰ ਰੱਖੀ ਹੋਈਆਂ, ਤੁਹਾਨੂੰ ਮੈਂ ਰੋਟੀਆਂ ਪਕਾ ਕੇ ਦੇਵਾਂ? ਜੇ ਨੌਕਰੀ ਕਰਨੀ ਹੈ ਆਪਦਾ ਟਾਈਮ ਸਿਰ ਉੱਠਿਆ ਕਰ, 3 ਵਜੇ ਉੱਠ ਕੇ ਕੰਮ ਨਿਬੇੜਿਆ ਕਰ ਘਰ ਦੇ।
ਮੰਮੀ ਮੈਂ ਤਾਂ ਐਡੀ ਕੋਈ ਗੱਲ ਹੀ ਨਹੀਂ ਕਹੀ, ਜੇ ਰੋਟੀ ਬਣੀ ਹੋਈ ਹੈ ਤਾਂ ਦੇ ਦਿਓ, ਮੈਂ ਲੈ ਕੇ ਚੱਲ ਜਾਂਦੀ ਹਾਂ। ਐਵੇਂ ਕਿਉਂ ਬੋਲਦੇ ਹੋ ਤੁਸੀਂ ਮੈਨੂੰ? ਆਖੇ ਬੋਲਦੇ ਹੋ ਤੁਸੀਂ? ਆ ਬੁੱਢੇ ਹੱਡੀ, ਹੁਣ ਮੈਂ ਕੰਮ ਹੀ ਕਰਦੀ ਰਹੂੰਗੀ ਸਾਰੀ ਉਮਰ? ਇੱਥੇ ਤੱਕ ਕੰਮ ਕਰਦੀ ਆ ਗਈ, ਥੋੜ੍ਹਾ ਹੈਗਾ ਹਜੇ ਵੀ ਮੈਥੋਂ ਕੰਮ ਕਪਾਲਦੇ ਹੋ ਵੀ? ਆਖੇ ਕੰਮ ਹੀ ਬੁੜੀ ਕਰੇ ਸਾਰਾ, ਰੋਟੀਆਂ ਵੀ ਪਕਾ ਕੇ ਦੇਵੇ, ਤੁਰੀ ਜਾਂਦੀ ਨੂੰ ਮੈਨੂੰ ਉੱਟੇ ਪਣ ਵੀ ਫੜਾਵੇ, ਰਹਿੰਦੀ ਖੂੰਹਦੀ ਗੱਲ ਸਰ ਗਿਆ ਜਮਾ ਹੀ। ਕੋਈ ਮੈਂ ਤਨਖਾਹ ਤੇ ਨਹੀਂ ਰੱਖੀ ਹੋਈ ਤੁਹਾਡੀ ਵੀ ਤੁਹਾਨੂੰ ਮੈਂ ਫੁਲਕੇ ਲਾ ਕੇ ਦੇਵਾਂ? ਟਾਈਮ ਸਿਰ ਆਪਦੇ ਸਾਰੇ ਧੰਦੇ ਘਰ ਦੇ ਨਿਮੇੜ ਕੇ ਜਾਇਆ ਕਰ, ਛੱਡ ਕੇ ਵਗ ਜਾਂਦੀ ਹੈ ਤੇ ਸਾਰੇ ਕੱਪੜੇ ਮੈਂ ਧੋਣੀਆਂ ਮਗਰੋਂ? ਮੈਥੋਂ ਨੀ ਭਾਈ ਕੰਮ ਹੁੰਦੇ, ਹੱਥ ਬੰਨੇ ਤੁਹਾਡੇ ਮੂਹਰੇ, ਮੈਂ ਥੱਕੀ ਹਾਰੀ ਹਾਂ, ਸੁਣ ਕੇ ਗੱਲ, ਨਾਲੇ ਮੇਰੇ ਗੋਡਿਆਂ 'ਚ ਦਰਦ ਹੁੰਦਾ, ਮੈਥੋਂ ਨਹੀਂ ਹੁੰਦਾ ਕੋਈ ਵੀ ਕੰਮ, ਆਪਣੇ ਤਾਂ ਆਹ ਬੰਨੇ ਹੱਥ ਕਰਨੇ ਆ, ਕਰ ਨਹੀਂ ਕਰਨੇ ਜਮਾ ਨਾ ਕਰ, ਕੰਮ ਨਾ ਛੱਡ ਕੇ ਜਾਈ ਕੋਈ ਘਰੇ, ਬੇਸ਼ੱਕ ਆਪਦੀ ਨੌਕਰੀ ਛੱਡ ਦੇ। ਮੰਮੀ ਮੈਂ ਹੁਣ ਆਫਿਸ ਤੋਂ ਆਉਂਦੀ ਹਾਂ ਥੱਕ ਕਰਕੇ, ਕਰਦੇ ਜਿੰਨੇ ਵੀ ਕੰਮ ਹੁੰਦੇ ਨੇ ਥੋੜ੍ਹੇ ਬਹੁਤ, ਚਾਹੇ ਥੋੜ੍ਹੇ ਕਰਾਂ ਚਾਹੇ ਬਹੁਤੇ ਕਰਾਂ, ਕਰਕੇ ਆਪਦਾ ਸੋ ਤਾਂ ਜਾਂਦੀ ਹਾਂ, ਫਿਰ ਤੜਕੇ ਅੱਖ ਨਹੀਂ ਖੁੱਲ੍ਹਦੀ ਹੈਗੀ। ਕੋਈ ਨਾ ਜੇ ਤੁਸੀਂ ਕਹਿੰਦੇ ਹੋ ਵੀ ਛੇਤੀ ਉੱਠ ਜਾ ਕਰ, ਕੰਮ ਕਰ ਨਿਬੇੜ ਲਿਆ ਕਰ, ਕੋਈ ਨਾ ਮੈਂ ਅੱਗੇ ਤੋਂ ਐਂ ਕਰਿਆ ਕਰਾਂਗੀ, ਛੇਤੀ ਉੱਠ ਕੇ ਕੰਮ ਕਰ ਨਿਬੇੜ ਕੇ ਫਿਰ ਹੀ ਜਾਇਆ ਕਰੂੰ ਜੋਬ 'ਤੇ। ਮੈਂ ਕਰਿਆ ਕਰਾਂਗੀ ਅੱਗੇ ਤੋਂ, ਕਰਨਾ ਪਊਗਾ, ਜ਼ਿੰਮੇਵਾਰੀ ਹੈ ਤੇਰੀ, ਸਾਹ ਮਾਰਦੀ ਜ਼ਿੰਮੇਵਾਰੀ, ਅਜੇ ਮੈਂ ਜੀਭ ਲੱਗੀ ਹੈ ਬੋਲਣ ਨੂੰ, ਆ ਹੱਥ ਵੀ ਚਲਾ ਲਿਆ ਕਰ ਕੰਮ ਨੂੰ, ਸੁਣ ਕੇ ਗੱਲ, ਮੈਨੂੰ ਸੁੱਖ ਕੇ ਨਹੀਂ ਦਿੱਤਾ ਸਾਰੀ ਉਮਰ ਵੀ ਸਾਰੇ ਧੰਦੇ ਮੈਂ ਹੀ ਕਰਨੇ ਨੇ। ਕੋਈ ਨਹੀਂ ਮੰਮੀ, ਮਗਰੋਂ ਮੈਂ ਮਾਰੀ ਨੇ ਟੱਕਰਾਂ ਇੱਥੇ ਫਿਰਦੀ ਰਹਿੰਦੀ ਹਾਂ, ਕਦੇ ਭਾਂਡੇ ਮਾਂਜ ਲਏ, ਕਦੇ ਕੱਪੜੇ ਧੋ ਲਏ, ਕਦੇ ਸੁੰਬਰ ਲਿਆ, ਜਿੱਥੇ ਮਾੜਾ ਮੋਟਾ ਪਿਆ ਕੋਈ ਢੇਰੀ ਉੱਥੇ ਹੀ ਪਈ ਰਹਿੰਦੀ, ਚੱਕਦੀ ਵੀ ਨਹੀਂ। ਲੈ ਵੀ ਫਤਿਹ ਸਿੰਘ, ਕਣਕ ਨੂੰ ਲੱਗ ਗਿਆ ਪਾਣੀ, ਹੁਣ ਆਪਾਂ ਵਿਹਲੇ, ਸਪਰੇ ਵੇਲੇ ਦੇਖਾਂਗੇ, ਹੁਣ ਧੁੱਪ ਵੀ ਇੱਥੇ ਤਾਂ ਚੁੱਕੀ ਆ, ਮੱਝਾਂ ਵਾਰੀ ਲਾਉਣਾ ਹਾਏ ਹਾਏ। ਮੈਨੂੰ ਕਹਿਤਾ ਸੀ, ਉਹਨਾਂ ਨੇ ਮੈਨੂੰ ਮੋੜ ਤੇ ਤਾਰਤਾ ਤੇ ਮੈਂ ਤੁਰ ਕੇ ਆ ਗਈ। ਹੁਣ ਤਾਂ ਬੱਸ ਵਾਲੇ ਵੀ ਮੰਨਣ ਲੱਗ ਗਏ। ਐਵੇਂ ਕਿਉਂ ਮਖੌਲਾ ਕਰਦੇ ਹੋ ਤੁਸੀਂ? ਚੱਲ ਹੋਰ ਚਾਹ ਪਾਣੀ ਪੀਏਂਗੀ ਕਿ ਨਾ? ਬਹੁਤ ਟਾਈਮ ਹੋ ਗਿਆ ਤੇਰੇ ਹੱਥ ਦੀ ਚਾਹ ਪੀਤੀ। ਸਗੋਂ ਨਾ ਤੁਹਾਨੂੰ ਪਾਣੀ ਪੁੱਛਣਾ ਚਾਹੀਦਾ, ਮੈਂ ਐਡੀ ਦੂਰੋਂ ਆਈ ਹਾਂ ਸ਼ਹਿਰ ਤੋਂ, ਸੱਚ ਸ਼ਹਿਰ ਤੋਂ ਮੈਨੂੰ ਯਾਦ ਆਇਆ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ। ਹਾਂ ਦੱਸ, ਉਸ ਲਿਆਉਣ ਵਾਲਾ ਤਾਂ ਨਹੀਂ? ਨਹੀਂ ਨਹੀਂ, ਲਿਆਉਣ ਵਾਲਾ ਤਾਂ ਕੁਛ ਹੈ ਨਹੀਂ। ਮੈਂ ਤਾਂ ਇਹ ਕਹਿੰਦੀ ਸੀ ਆਪਾਂ ਦੋਨੋਂ ਜਣੇ ਸ਼ਹਿਰ ਨਾਲ ਰਹਿਣ ਲੱਗ ਜਾਈਏ, ਕਿਉਂਕਿ ਨਾ ਮੈਨੂੰ ਐਵੇਂ ਔਖਾ ਹੁੰਦਾ ਰੋਜ਼ ਅਪ ਡਾਊਨ ਕਰਨਾ, ਨਾਲੇ ਸੌਖਾ ਹੋ ਜੂਗਾ ਉੱਥੇ ਜੇ ਆਪਾਂ ਸ਼ਹਿਰ 'ਚ ਰਹੇ। ਉਹ ਤਾਂ ਤੇਰੀਆਂ ਗੱਲਾਂ ਸਾਰੀਆਂ ਲੈ ਗਈਆਂ, ਤੂੰ ਮੇਨ ਗੱਲ 'ਤੇ ਆ ਵੀ ਕਾਹਦੇ ਕਰਕੇ ਕਹਿ ਰਹੀਆਂ ਤੂੰ ਮੈਨੂੰ ਸ਼ਹਿਰ ਜਾ? ਮੇਰੀ ਗੱਲ ਸੁਣੋ ਜੀ, ਮੰਮੀ ਨਾ ਰੋਜ਼ ਮੈਨੂੰ ਟੋਕਾ ਟਕਾਈ ਕਰਦੇ ਨੇ, ਇਹ ਗੱਲਾਂ ਮੈਨੂੰ ਪਸੰਦ ਨਹੀਂ ਹੈਗੀਆਂ, ਕਦੇ ਆਹ ਕੰਮ ਨਹੀਂ ਕਰਿਆ, ਉਹ ਕੰਮ ਨਹੀਂ ਕਰਿਆ। ਹੁਣ ਮੰਮੀ ਤਾਂ ਇੰਨੀ ਸਿਆਣੀ ਹੈਗੀ ਆ, ਹੈ ਨਾ, ਉਹ ਸਮਝ ਸਕਦੇ ਨੇ ਕਿ ਮੈਂ ਨੌਕਰੀ ਵਾਲੀ ਨੂੰਹ ਹਾਂ, ਠੀਕ ਹੈ, ਮੈਨੂੰ ਕਿਵੇਂ ਦਾ ਟ੍ਰੀਟ ਚਾਹੀਦਾ ਆ। ਆਖੇ ਮੈਨੂੰ ਅੱਜ ਸਵੇਰੇ ਮੈਂ ਰੋਟੀ ਮੰਗੀ ਮੰਮਾ ਤੋਂ, ਮੈਂ ਕਿਹਾ ਵੀ ਮੈਨੂੰ ਰੋਟੀ ਬਣਾ ਕੇ ਦੇ ਦਿਉ, ਮੈਂ ਲੇਟ ਹੋਈ ਜਾਂਦੀ ਹਾਂ। ਕਹਿੰਦੇ ਭਾਈ ਆ ਜੋੜੇ ਤੇਰੇ ਮੂਹਰੇ ਹੱਥ, ਮੈਥੋਂ ਨਹੀਂ ਰੋਟੀਆਂ ਪੱਕਦੀਆਂ, ਬੁੱਢੇ ਹੱਡ ਹੋ ਗਏ ਮੇਰੇ, ਮੈਥੋਂ ਨਹੀਂ ਕੰਮ ਕਰਦੇ ਹੁੰਦੇ ਹੈਗੇ, ਆਪਦਾ ਰੋਟੀ ਪਕਾ ਕੇ ਨਾ ਆਪ ਹੀ ਲੈ ਜਾਇਆ ਕਰ। ਕਹਿੰਦੇ ਸਵੇਰੇ ਜਲਦੀ ਉੱਠਿਆ ਕਰ ਵੀ, ਰਾਤ ਵੀ ਤਾਂ ਮੈਂ ਹੁਣ ਸਾਰੇ ਘਰ ਦੇ ਕੰਮ ਨਿਬੇੜ ਕੇ ਫਿਰ ਹੀ ਸੋਨੀ ਆ, ਤੜਕੇ ਨਹੀਂ ਅੱਖ ਖੁੱਲਦੀ, ਫਿਰ ਕਿੱਡੀ ਕੁ ਗੱਲ ਆ। ਚੱਲ ਤੂੰ ਵੀ ਕਿਉਂ ਹੁਣ ਕਹਿ ਦੀ, ਮਾਂ ਨੇ ਕਹਿ ਤਾ
ਤੂੰ ਅੱਗੇ ਸ਼ਹਿਰ ਰਹਿਣ ਲੱਗ ਜਾ, ਐਂ ਕਿਵੇਂ ਰਹਿਣ ਲੱਗ ਜਾਂਦੇ ਯਾਰ? ਜੀ ਗੱਲ ਉਹ ਨਹੀਂ ਹੈਗੀ, ਇੱਕ ਬੋਲਣ ਦਾ ਲਹਿਜ਼ਾ ਹੁੰਦਾ। ਕਹਿੰਦੇ ਮੈਂ ਤੇਰੀ ਨੌਕਰ ਨਹੀਂ ਲੱਗੀ, ਆਪਦੇ ਕੰਮ ਕਰ ਨਿਬੇੜ, ਜੇ ਨੌਕਰੀ ਕਰਨੀ ਹੈ ਕਰ, ਨਹੀਂ ਕਰਨੀ ਤਾਂ ਬਹਿ ਜਾ ਉਰੇ। ਉਹਨਾਂ ਨੇ ਆਹ ਗੱਲ ਕਹੀ ਹੈ। ਫਿਰ ਹੁਣ ਸ਼ਹਿਰ ਜਾ ਕੇ ਸ਼ਹਿਰ ਜਾ ਕੇ ਕੀ ਹੱਲ ਹੋ ਜੂ? ਮਤਲਬ ਇੱਥੇ ਇਕੱਲੀ ਮਾਂ ਕਿਵੇਂ ਸਾਰੂਗੀ ਆਪਣੇ ਬਿਨਾਂ? ਜਿਵੇਂ ਮਰਜ਼ੀ ਰਹਿਣ, ਠੀਕ ਆ, ਜਦੋਂ ਉਹਨਾਂ ਨੂੰ ਫਰਕ ਨਹੀਂ ਪੈਂਦਾ ਮੈਂ ਮਰਾਂ ਚਾਹੇ ਜੀਵਾਂ, ਫਿਰ ਮੈਂ ਉਹਨਾਂ ਦੀ ਫਿਕਰ ਕਿਉਂ ਕਰਾਂ? ਉਹ ਮੈਂ ਕਹਿ ਦੂੰਗਾ ਮਾਂ ਨੂੰ, ਨਹੀਂ ਟੋਕਾ ਟਕਾਈ ਕਰੂਗੀ। ਮੈਨੂੰ ਕੰਮ ਨੂੰ ਵੀ ਨਹੀਂ ਕਹਿੰਦੀ ਯਾਰ ਮਾਂ, ਮੈਂ ਕਹਿ ਦੂੰਗਾ ਬਸ ਤੂੰ ਇੱਥੇ ਰਹਿ ਲਾ। ਮੈਨੂੰ ਨਹੀਂ ਪਤਾ ਜੀ, ਮੈਂ ਜਾਣਾ ਹੈ ਤਾਂ ਸ਼ਹਿਰ ਜਾਣਾ ਆ, ਤੁਸੀਂ ਦੇਖ ਲਓ ਜਿਵੇਂ ਤੁਹਾਡਾ ਆਪਣਾ ਬਣਦਾ ਆ, ਮੈਂ ਤਾਂ ਬਸ ਸ਼ਹਿਰ ਜਾਣਾ। ਤੂੰ ਮੇਰੇ ਨਾਲ ਨਹੀਂ ਰਹਿਣਾ ਫਿਰ ਤੇ? ਮੇਰੀ ਗੱਲ ਸੁਣੋ ਜੀ, ਸ਼ਹਿਰ ਵੀ ਨਹੀਂ ਨਾ ਜਾਣਾ, ਇੱਥੇ ਹੀ ਰਹਿਣਾ ਤਾਂ ਅੱਡ ਹੋ ਜਾਓ, ਹੋਰ ਮੈਂ ਕੀ ਕਰ ਸਕਦੀ ਹਾਂ? ਪਰ ਮੈਥੋਂ ਨਾ ਰੋਜ਼ ਰੋਜ਼ ਦਾ ਕਲੇਸ਼ ਨਹੀਂ ਹੁੰਦਾ, ਮਾਂ ਮੈਥੋਂ ਝੱਲੀ ਨਹੀਂ ਜਾਂਦੀ। ਤੈਥੋਂ ਮਾਂ ਨਹੀਂ ਝੱਲੀ ਜਾਂਦੀ, ਬਸ ਕਰ ਜਾ ਇੱਕ ਵਾਰ ਵੀ ਹੋਰ ਨਾ, ਜੇ ਬੋਲੀਆਂ ਅੱਡ ਹੋ ਜਾ ਤਾਂ ਮੈਥੋਂ ਬੁਰਾ ਕੋਈ ਨਹੀਂ। ਤੈਨੂੰ ਕੀ ਪਤਾ ਨਾ ਮੇਰੀ ਮਾਂ ਨੇ ਮੈਨੂੰ ਕਿਵੇਂ ਪਾਲਿਆ? ਤੂੰ ਕਹਿੰਦੀ ਉਹਨੂੰ ਛੱਡਦਾ ਮੈਂ, ਭਾਈ ਉਹਨੇ 9 ਮਹੀਨੇ ਮੈਨੂੰ ਆਪਦੇ ਢਿੱਡ 'ਚ ਰੱਖਿਆ, ਇਕੱਲਾ ਇੰਨਾ ਹੀ ਨਹੀਂ, ਇਸ ਦੁਨੀਆਂ 'ਤੇ ਆਉਣ ਤੋਂ ਬਾਅਦ ਨਾ ਸ਼ਰੀਕਾ ਨੇ ਮੇਰਾ ਪਿਓ ਮਾਰਤਾ ਸੀ, ਇਕੱਲੀ ਨੇ ਉਹਨੇ ਨਾ ਮੈਨੂੰ ਨਾਲੇ ਇਸ ਘਰ ਨੂੰ ਸਾਂਭਿਆ, ਤੂੰ ਕਹਿੰਦੀ ਮੈਂ ਛੱਡਦਾ। ਓਏ ਉਸੇ ਕਰਕੇ ਨਾ ਉਹਦਾ ਸੁਭਾਅ ਇਹੋ ਜਿਹਾ ਹੋ ਗਿਆ, ਰੁੱਖਾ ਰੁੱਖਾ ਸੁਭਾਅ ਹੋ ਗਿਆ। ਤੁਹਾਨੂੰ ਵੀ ਪਤਾ ਰੁੱਖਾ ਸੁਭਾਅ ਕਿਉਂ ਹੋ ਗਿਆ? ਜੇ ਮੈਂ ਤਨਖਾਹ ਨਹੀਂ ਦਿੱਤੀ ਇਹਦਾ ਮਤਲਬ ਇਹ ਥੋੜ੍ਹੀ ਹੈ ਕਿ ਤੁਸੀਂ ਮੈਨੂੰ ਇਹ ਕੁਛ ਸੁਣਾਓ ਨੌਕਰ ਨਹੀਂ ਲੱਗੀ ਕਿ ਨਹੀਂ। ਮੰਮੀ ਨੂੰ ਨਾ ਸਿਰਫ ਤਨਖਾਹ ਤੋਂ ਮਤਲਬ ਹੈ, ਮੇਰੇ ਤੋਂ ਕੋਈ ਮਤਲਬ ਨਹੀਂ ਹੈ, ਸਮਝ ਆਈ ਨਾ ਇਸ ਗੱਲ? ਤੈਨੂੰ ਵੀ ਮਾਂ ਨਾਲ ਕੋਈ ਮਤਲਬ ਨਹੀਂ ਪਰ ਮੈਨੂੰ ਹੈਗਾ, ਮੈਂ ਮਾਂ ਨਾਲ ਰਹਿਣਾ ਉਰੇ, ਤੂੰ ਦੇਖ ਲਾ ਮੇਰੇ ਨਾਲ ਰਹਿਣਾ ਜਾਂ ਨਾ ਰਹਿਣਾ, ਸਿੱਧੀ ਜੀ ਗੱਲ ਹੈ। ਨਹੀਂ ਆਉਂਦੀ ਟਿੰਡ ਫੋੜੀ ਚੱਕ ਜਾ ਆਪਦੇ ਭਾਈ ਦੇ ਕਨੇ। ਫਤਿਹ ਆ ਕੀ ਬੋਲਣ ਦਾ ਤਰੀਕਾ ਆ? ਆਪਦੀ ਮਾਂ ਮਾਂ, ਮੈਂ ਵੀ ਕਿਸੇ ਦੀ ਧੀ ਹਾਂ, ਠੀਕ ਹੈ, ਜੇ ਮਾਂ ਮੇਰੇ ਨਾਲ ਪਿਆਰ ਨਾਲ ਬੋਲਣਗੇ ਤਾਂ ਮੈਂ ਬੋਲਾਂਗੀ, ਅਦਰਵਾਈਜ਼ ਮੈਥੋਂ ਕੋਈ ਉਮੀਦ ਨਾ ਰੱਖਿਓ ਕਿ ਤੁਹਾਡੀ ਮਾਂ ਨੂੰ ਮੈਂ ਜੀ ਜੀ ਕਰਕੇ ਬੋਲਾਂਗੀ। ਹੁਣ ਤਾਂ ਮੈਨੂੰ ਤੇਰੇ ਤੋਂ ਕੋਈ ਉਮੀਦ ਵੀ ਨਹੀਂ, ਜਿਹੜੀ ਮੈਨੂੰ ਐਂ ਕਹਿ ਸਕਦੀ ਆਪਦੀ ਮਾਂ ਨੂੰ ਛੱਡ ਦੇ, ਕੱਲ ਨੂੰ ਪਤਾ ਨਹੀਂ ਕੀ ਕੁਛ ਕਰੂ ਤੇਰੇ ਪਿੱਛੇ ਛੱਡਤਾ, ਜੇ ਮੈਨੂੰ ਛੱਡ ਜਾਏਗੀ ਤੂੰ ਤਾਂ ਤੇਥੋਂ ਉਮੀਦ ਨਾ ਰੱਖੋ। ਮਾਂ ਨੂੰ ਕਿਵੇਂ ਛੱਡਦਾ ਮੈਂ? ਮੈਨੂੰ ਨਹੀਂ ਪਤਾ, ਆਪਦਾ ਜਿਵੇਂ ਮਰਜ਼ੀ ਕਰਕੇ ਨਿਬੇੜਾ ਕਰੋ, ਨਹੀਂ ਹੁੰਦਾ ਮੈਨੂੰ ਦੱਸ ਦਿਓ। ਨਿਬੇੜਾ ਕਰਨਾ ਚੱਲ ਖੜੀ ਹੋ। ਫਤਿਹ ਫਤਿਹ ਫਤਿਹ, ਇੱਕ ਪਾਸਾ ਹੀ ਕਰਦਾ ਅੱਜ ਮੈਂ, ਛੱਡ ਮੈਨੂੰ ਫਤਿਹ। ਕੀ ਛੱਡਾਂ? ਤੂੰ ਚੱਲ ਕਰੂੰ ਬਾਹਰ ਨਿਕਲੇ ਤੂੰ ਮੇਰੇ, ਫਤਿਹ ਤਾਂ ਨਹੀਂ ਆਂਦੀ ਨਾ। ਕੀ ਹੋ ਗਿਆ ਪੁੱਤ, ਕਿਉਂ ਰੌਲਾ ਪਾਇਆ? ਤੂੰ ਚੁੱਪ ਕਰ ਜਾਵਾਂ, ਅੱਜ ਮੈਨੂੰ ਇੱਕ ਪਾਸਾ ਕਰ ਲੈਣ ਦੇ, ਜ਼ਿਆਦਾ ਜਵਾਨ ਚੱਲਦੀ ਹੈ ਇਹਦੀ। ਆਹੋ ਮੇਰੀ ਤਾਂ ਜ਼ੁਬਾਨ ਚੱਲਦੀ ਆ, ਆਪਦੀ ਮਾਂ ਨਹੀਂ ਨਾ ਦਿਖਦੀ ਵੀ ਕੀ ਕੁਛ ਬੋਲਦੀ ਆ। ਹੋਇਆ ਕੀ ਆ? ਇਹ ਸਾਰਾ ਕੁਛ ਤੇਰੇ ਕਰਕੇ ਹੋ ਰਿਹਾ, ਜਿਹੜਾ ਨਿਤ ਦਾ ਕੰਜਰ ਕਲੇਸ਼ ਛੇੜ ਲੈਂਦੀ ਆ। ਇੱਧਰ ਆ, ਚੱਲ ਇੱਧਰ, ਜ਼ਿਆਦਾ ਜਵਾਨ ਚੱਲਦੀ ਆ ਤੇਰੀ। ਪੁੱਤ ਮੈਨੂੰ ਗੱਲ ਤਾਂ ਦੱਸ ਦੇ। ਗੱਲ ਤੈਨੂੰ ਕੀ ਦੱਸਾਂ ਮੈਂ? ਹਾਂ ਆ ਬੈਠ, ਤੈਨੂੰ ਗੱਲ ਸਮਝਾਉਣਾ ਸਾਰੀ। ਮਾਂ ਸੁਣ ਲਾ, ਉਹਦੀ ਆ ਕੇ ਨਾ ਮੈਨੂੰ ਕਹਿੰਦੀ ਸ਼ਹਿਰ ਰਹਿਣ ਲੱਗ ਜਾ, ਤੂੰ ਉਹਨੂੰ ਪੁੱਛੇ ਵੀ ਮੈਂ ਸ਼ਹਿਰ ਕਿਵੇਂ ਰਹਿਣ ਲੱਗ ਜਾ, ਜਾ ਕਹਿੰਦੀ ਜੇ ਉਰੇ ਰਹਿਣਾ ਆਪਦੀ ਮਾਂ ਨਾਲੋਂ ਅੱਡ ਹੋ। ਬਸ ਫਿਰ ਮੈਂ ਪਹਿਲਾਂ ਤੈਥੋਂ ਅੱਡ ਹੋ ਸਕਦਾ? ਪੁੱਤ ਇਹ ਤਾਂ ਤੇਰੀ ਗੱਲ ਠੀਕ ਹੈ, ਉਹ ਕਾਮਲੀ ਆਏ ਕਿਉਂ ਕਹਿੰਦੀ ਹੈ? ਓਏ ਮਾਂ ਕੀ ਪਤਾ ਹੁਣ ਅੱਖਾਂ 'ਤੇ ਪੱਟੀ ਬੰਨ੍ਹੀ ਗਈ, ਉਹਨੂੰ ਤਾਂ ਐਂ ਹੈਗਾ ਮੈਂ ਕਮਾਉਣੀ ਹਾਂ, ਬਸ ਮੈਂ ਹੀ ਹਾਂ ਸ਼ਾਹੂਕਾਰਨੀ, ਮੈਥੋਂ ਪੈਸੇ ਮੰਗਦੀ ਆ, ਐਂ ਕਰਦੀ ਆ, ਵਾਹ ਕਰਦੀ ਆ, ਬਸ ਫਿਰ ਮੈਂ ਤਾਂ ਹੁਣ ਇੱਕ ਪਾਸਾ ਕਰਤਾ। ਮੈਂ ਤਾਂ ਐਂ ਕਹਿੰਦੀ ਹਾਂ ਮੈਂ ਨਹੀਂ ਉਹਨੂੰ ਰੱਖਣਾ ਹੁਣ। ਨਾ ਪੁੱਤ ਤੂੰ ਸੋਚ ਕੇ ਦੇਖ ਮਾੜਾ ਜਾ, ਚੱਲ
ਕੁਛ ਚਿਰ ਰਹਿ ਲਓ ਭਾਈ, ਮੈਂ ਔਖੀ ਸੌਖੀ ਸਾਰ ਨੂੰ, ਫਿਰ ਹੋਰ ਕੀ ਆ। ਮਾਂ ਨਹੀਂ, ਤੇਰੇ ਬਿਨਾਂ ਥੋੜੀ ਸਰੂਗਾ ਹੋਣਾ। ਉਹ ਤਾਂ ਮੈਨੂੰ ਪਤਾ ਹੈ ਪੁੱਤ, ਪਰ ਆਪਦਾ ਘਰ ਜਦੋਂ 2-4 ਦਿਨ ਪੇਕੇ ਲਾਏ ਨਾ, ਉਹਨੂੰ ਪਤਾ ਲੱਗੂ ਉੱਥੇ ਜਦੋਂ ਕੋਠੜੀ 'ਚ ਬੈਠੀ ਉੱਥੇ ਮੱਛਰ ਲੜਿਆ, ਫਿਰ ਪੁੱਛੂ ਉਹਦਾ ਭਾਈ ਉਹਦੀ ਛੱਡ ਕੇ ਜਾਊ। ਪੁੱਤ ਮੈਂ ਕਹਿੰਦੀ ਹਾਂ ਘਰ ਖਰਾਬ ਹੋ ਜਾਂਦੇ ਨੇ। ਓਏ ਉਹਨੂੰ ਵੀ ਤਾਂ ਚਾਹੀਦਾ ਹੁਣ ਮੂਹਰੋਂ, ਮੈਂ ਕਿੰਨਾ ਕੁ ਸਾਂਭੀ ਜਾਵਾਂ, ਦੱਸ ਮੈਨੂੰ। ਆਹੀ ਗੱਲਾਂ ਮੈਂ ਕਹੀ ਸੀ, ਜੇ ਬਾਹਰ ਘਰੋਂ ਨਿਕਲਦੀਆਂ ਨੇ ਫਿਰ 100-100 ਗੱਲਾਂ ਇਹਨਾਂ ਦੇ ਦਿਮਾਗਾਂ 'ਚ ਵੜਦੀਆਂ, ਦਿਮਾਗ ਖਰਾਬ ਹੋ ਜਾਂਦੇ ਨੇ। ਉਹਦੇ ਤੂੰ ਮੇਰੀ ਮੰਨੀ ਨਹੀਂ, ਮੈਂ ਹੁਣ ਵੀ ਤੈਨੂੰ ਕਹਿੰਦੀ ਹਾਂ ਹੱਥ ਬੰਨ ਕੇ ਪੁੱਤ ਆਪਦਾ ਘਰ ਨਾ ਪੱਟ ਲਈ। ਕੋਈ ਨਾ, ਹੁਣ ਅਕਲ ਟਿਕਾਣੇ ਆ ਜੂ ਆਪੇ ਉਹਦੀ, 4 ਦਿਨ ਲਾਉਣ ਦੇ ਉਹਨੂੰ ਉੱਥੇ। ਚੰਗਾ, ਵਧੀਆ ਹੋਇਆ ਚੰਬਲੀ ਫਿਰ ਦੀਦੀ ਨੌਕਰੀ 'ਤੇ ਲੱਗ ਗਈ, ਮੈਂ ਪਤਾ ਨਹੀਂ ਕੀ ਕੁਛ ਬਣ ਗਈ। ਮੇਰਾ ਪੁੱਤ ਹੈ, ਮੇਰਾ ਹੀ ਰਹੂਗਾ। ਕਦੇ ਕੀ ਆ, ਕੱਲ੍ਹ ਦੀ ਭੂਤ ਨਹੀਂ ਸਿਵਿਆਂ ਚੱਲ, ਪਾਲੀ ਜਵਾਨ ਚੱਲਣ ਲੱਗ ਗਈ ਸੀ, 4 ਰੁਪਈਏ ਤਾਂ ਕੀ ਆ ਗਿਆ ਹੱਥ 'ਚ। ਆਹੋ ਬਹੁਤੀ ਸਿਆਣੀ ਬਾਈ ਯਾਰ, ਮੈਥੋਂ ਤਾਂ ਅੱਜ ਫਿਰ ਨਾ ਜਿਹੜਾ ਕੰਮ ਨਹੀਂ ਕਰਨਾ ਸੀ ਉਹ ਹੋ ਗਿਆ, ਤੇਰੀ ਭਰਜਾਈ ਨੂੰ ਮੈਂ ਤਾਂ ਘਰੋਂ ਕੱਢਤਾ, ਜਿਹੜਾ ਕੁਛ ਅੱਗੇ ਹੋਊਗਾ ਦੇਖੀ ਜਾਊ। ਯਾਰ ਮੈਨੂੰ ਕਹਿੰਦੀ ਅੱਡ ਹੋ ਜਾ, ਦੱਸ ਮੈਂ ਕਿਵੇਂ ਹੋ ਜਾ ਅੱਡ। ਮੈਂ ਉਹਨੂੰ ਨੌਕਰੀ 'ਤੇ ਲਾਇਆ, ਸਾਰਾ ਕੁਛ ਕਰਿਆ, ਤੈਨੂੰ ਤਾਂ ਸਾਰਾ ਪਤੀ ਆ ਹੁਣ। ਪਤੀ ਹੈ ਮੈਨੂੰ ਤਾਂ ਬਾਈ, ਬਸ ਫਿਰ ਮੈਂ ਤਾਂ ਬਈ ਆਹ ਕੰਮ ਹੋ ਗਿਆ, ਹੁਣ ਮੈਥੋਂ ਹੋਰ ਨਹੀਂ ਚੱਲਿਆ ਜਾਂਦਾ ਯਾਰ। ਓਏ ਉਹੀ ਤਾਂ ਗੱਲ ਹੈ ਯਾਰ, ਵੀ ਘੱਟੋ ਘੱਟ ਉਹਨੂੰ ਵੀ ਤਾਂ ਸੋਚਣਾ ਚਾਹੀਦਾ। ਓਏ ਸੋਚਣੀ ਆ ਤਾਂ ਜੇ ਦਿਮਾਗ ਤੋਂ ਕੰਮ ਲੈਣਗੇ, ਸੱਚ ਸਿਆਣੇ ਤਾਂ ਹੀ ਕਹਿੰਦੇ ਨੇ, ਇਹਨੇ ਤਾਂ ਗਿੱਚੀ ਪਿਸੇ ਮੱਤ ਹੁੰਦੀ ਆ। ਓਏ ਉਹੀ ਗੱਲ ਹੈ, ਹੁਣ ਮਾਂ ਨੂੰ ਇਹ ਨਹੀਂ ਹੈਗਾ ਵੀ ਮੈਂ ਆਪਦੇ ਪੁੱਤ ਬਾਰੇ ਸੋਚ ਲਾਂ, ਓਏ ਉਹਨੂੰ ਐਂ ਨਹੀਂ ਹੈਗਾ ਵੀ ਮੇਰੇ ਘਰਵਾਲਾ ਮੈਂ ਇਹਦੇ ਬਾਰੇ ਸੋਚ ਲਾਂ। ਆਪ 'ਚ ਤਾਂ ਖੰਭੜੀ ਜਾਂਦੀਆਂ ਨੇ, ਵਿਚਾਲੇ ਤੂੰ ਪੀਸਿਆ ਜਾਂਦਾ ਬਾਈ, ਤੇਰੀ ਕੋਈ ਸਰਸਾਰ ਨਹੀਂ ਲੈਂਦਾ ਹੈਗਾ। ਬਸ ਫਿਰ ਹੁਣ ਦੇਖੀ ਜਾਊ, ਜਿਵੇਂ ਹੋ ਜੋ ਹੋਊਗਾ ਦੇਖੀ ਜਾਊ। ਹੁਣ ਤਾਂ ਕੀ ਆ ਬਾਈ, ਹੁਣ ਘੱਟੋ ਘੱਟ ਮੈਂ ਤਾਂ ਇਹ ਸੋਚਦਾ ਯਾਰ ਵੀ ਤੂੰ ਉਹਨੂੰ ਵਿਚਾਰੀ ਨੂੰ ਫਾਰਮ ਭਰ ਕੇ ਉਹਦੀ ਨੌਕਰੀ ਲਵਾਇਆ, ਹੈ ਨਾ। ਚੱਲ ਠੀਕ ਹੈ, ਪੜ੍ਹਾਈ ਲਿਖਾਈ ਉਹਦੇ ਘਰਦਿਆਂ ਨੇ ਅਤੇ ਭਾਈ ਨੇ ਆ, ਹੈ ਨਾ। ਹੱਕ 'ਚ ਤੇਰੇ ਖੜ੍ਹਾ ਚਾਹੀਦਾ, ਗੱਲਾਂ ਕਰਦੀ ਆ, ਅੱਗੇ ਮੈਂ ਸ਼ਹਿਰ ਰਹਿਣਾ। ਹੁਣ ਬਾਈ ਮੈਂ ਵੀ ਮੰਨਦਾ ਤੇਰੀ ਗੱਲ ਵੀ ਮਾਂ ਨੂੰ ਛੱਡਣਾ ਸੌਖਾ ਥੋੜ੍ਹੀ ਪਿਆ ਯਾਰ, ਪਤਾ ਨਹੀਂ ਯਾਰ ਪੜ੍ਹ ਲਿਖ ਕੇ ਨੌਕਰੀ 'ਤੇ ਲੱਗ ਕੇ ਦਿਮਾਗ ਖਰਾਬ ਹੋ ਜਾਂਦਾ ਇਹਨਾਂ ਦਾ। ਓਏ ਬਾਈ ਸ਼ਹਿਰੀ ਦਿਮਾਗ ਖਰਾਬ ਕਰਦੇ ਨੇ, ਉਹਨਾਂ ਨੂੰ ਤਾਂ ਐਂ ਨਾ ਵੀ ਪਿੰਡਾਂ 'ਚ ਪਤਾ ਨਹੀਂ ਕੀ ਹੋਊਗਾ, ਬਿਮਾਰੀ ਆ ਉਹਨਾਂ ਨੂੰ ਲੱਗਦਾ ਕੋਈ ਪਿੰਡਾਂ 'ਚ, ਉਹੀ ਸ਼ਹਿਰ 'ਚ ਸਾਰੀਆਂ ਬਿਮਾਰੀਆਂ ਨੇ ਨਾਲੇ ਸਾਰੀਆਂ। ਚੱਲ ਕੋਈ ਨਾ ਬਾਈ, 4 ਦਿਨ ਰਹੂਗੀ ਨਾ ਪੇਕੇ, ਆਪਦੀ ਅਕਲ ਟਿਕਾਣੇ ਆਜੂ। ਜੇ ਨਹੀਂ ਭਾਈ ਕੋਈ ਅਕਲ ਟਿਕਾਣੇ ਆਈ, ਪਰ ਆਪਦਾ ਤਲਾਕ ਦੇ ਦਾਂਗੇ, ਗੱਲ ਨਿਬੜ ਜੂ। ਚੱਲ ਕੋਈ ਨਾ, ਤਲਾਕ ਤੱਕ ਤਾਂ ਬਾਈ ਫਤਿਹ ਕਾਹਨੂੰ ਗੱਲ ਜਾਵੇ ਯਾਰ, ਹੈ ਨਾ। ਆਪਾਂ ਤਾਂ ਹੁਣ ਦੇਖਦੇ ਹਾਂ ਭਾਈ ਦਾ ਮੂੰਹ, ਦੇਖਦੇ ਹਾਂ ਬਾਈ ਕੀ ਕਹਿੰਦਾ ਉਹ। ਨੰਗ ਕੋਈ ਨਾ, ਦੇਖ ਲੈਂਦਾ ਫੋਨ ਫਾਨ 'ਤੇ ਗੱਲ ਕਰਕੇ ਉਹਦੇ ਨਾਲ, ਹੋਈ ਗੱਲ ਕੋਈ? ਮੈਂ ਨਹੀਂ ਗੱਲ ਕਰਦਾ ਬਾਈ, ਕੁੜੀ ਉਹਨਾਂ ਦੀ ਘਰੇ ਬੈਠੀ ਆ, ਉਹਨਾਂ ਦਾ ਹੱਕ ਬਣਦਾ ਕਿ ਮੇਰਾ ਬਣਦਾ? ਚੱਲ ਕੋਈ ਨਾ, ਚੱਲ ਤੂੰ ਹੋਰ ਦੱਸ, ਸ਼ਹਿਰ ਚੱਲੇ ਆਉਣਾ ਯਾਰ, ਦਿਮਾਗ ਖਰਾਬ ਹੋ ਰਿਹਾ। ਚੱਲ ਯਾਰ ਆਪਾਂ ਵੀ ਕੱਢੇ ਹੋਣਾ ਗੇੜਾ, ਆਜਾ ਰੀਜਾ ਦੁਬਾਰੇ ਫਿਰ ਪਤਾ ਕਰੇ ਆਉਣੇ ਆ, ਮੁੜ ਕੇ ਪਤਾ ਕਰੀ ਜਾਏਗਾ। ਓ ਯਾਰ ਉਹਨੇ ਕਿਹੜਾ ਦੇਦਾ ਰਹੀ ਹੈ ਸ਼ਿਵੋ, ਏ ਓ ਸ਼ਿਵੋ, ਉਹ ਕੀ ਕਰਨ ਲੱਗ ਰਹੇ ਹੈ ਇੱਥੇ? ਉਹ ਬਾਈ ਚਾਰ ਪੱਟੀ ਜਾਂਦਾ। ਕਿੰਨਾ ਟਾਈਮ ਹੋ ਗਿਆ ਯਾਰ ਤੈਨੂੰ ਚਾਰੇ ਪੱਟੀ ਜਾਂਦਾ ਅਜੇ? ਉਹ ਬਾਈ ਪੱਟੀ ਜਾਂਦਾ ਯਾਰ, ਤੂੰ ਤਾਂ ਪਹਿਲੀ ਲੱਗ ਗਈ ਕੰਮ ਤੀ, ਤੂੰ ਘੰਟਾ ਲਾਤਾ ਇੱਥੇ ਆਏ ਨੇ, ਹੈ ਬਹੁਤ ਟਾਈਮ ਲਾਤਾ ਯਾਰ, ਕਿੰਨਾ ਟਾਈਮ ਹੋ ਗਿਆ ਤੈਨੂੰ ਆਏ ਨੂੰ? ਉਹ ਬਾਈ ਹੁਣੀ ਆਇਆ ਤੀ ਮੈਂ ਤਾਂ। ਓਏ ਹੁਣ ਨਹੀਂ, ਪਹਿਲਾਂ ਤੂੰ ਸਵੇਰੇ ਆਉਂਦਾ ਫੇਰ ਵਗ ਜਾਂਦਾ ਯਾਰ, ਐਡਾ ਕੀ ਤੇਰੇ 'ਤੇ ਲੋਡ ਪੈ ਰਿਹਾ? ਉਹ ਬਾਈ ਲੋਡ ਦਾ ਕੀ ਦੱਸਾਂ ਯਾਰ ਤੈਨੂੰ, ਕੀ ਗੱਲ ਹੋ ਗਈ ਜੀ? ਉਹ ਬਾਈ ਗੱਲ ਤਾਂ ਬਸ ਘਰ ਦੀ ਬਿਪਤ ਨਹੀਂ ਠੀਕ ਆਉਂਦੀ ਯਾਰ। ਘਰ ਦੀ ਬਿਪਤ? ਐਡੀ ਕਿਹੜੀ ਬਿਪਤ ਪੈ ਗਈ ਤੇਰੇ 'ਤੇ ਯਾਰ ਹੁਣ? ਉਹ ਬਾਈ ਪਹਿਲਾਂ ਤਾਂ ਦੇਖ, ਮੈਂ ਕੁੜੀ ਦਾ ਵਿਆਹ ਕੀਤਾ। ਅੱਛਾ, ਪਹਿਲਾਂ ਉਹਦੀ ਪੜ੍ਹਾਈ 'ਤੇ ਪੈਸੇ ਖਰਚੇ।
ਆਪਾਂ ਜੇ ਸ਼ੁਰੂ ਤੋਂ ਗੱਲ ਕਰੀਏ ਹੁਣ ਮੇਰੇ ਤੇ ਬਿਪਤਾ ਇਹ ਪੈ ਰਹੀ ਆ ਵੀ ਨੌਕਰੀ ਨੌਕਰੀ ਤਾਂ ਲੈ ਲਈ ਅੱਛਾ ਪਰ ਉਹਦੀ ਸੱਸ ਨਾ 12 ਤਾਲੀ ਆ ਯਾਰ ਹੁਣ ਬਸਣੀ ਨਹੀਂ ਦਿੰਦੀ ਨਹੀਂ ਯਾਰ ਇਹ ਤਾਂ ਕੀ ਗੱਲ ਹੈ ਉਹ ਤਾਂ ਤੂੰ ਤਾਂ ਕਹਿੰਦਾ ਹੁੰਦਾ ਸੀ ਬਹੁਤ ਵਧੀਆ ਰਿਸ਼ਤੇਦਾਰ ਨੇ ਉਹ ਰਿਸ਼ਤੇਦਾਰ ਤਾਂ ਵਧੀਆ ਨੇ ਬਾਈ ਪਰ ਪਰਾਉਣੀ ਵਧੀਆ ਇਕੱਲਾ ਉਹਨੇ ਨੌਕਰੀ ਤਾਂ ਦਵਾਤੀ ਪਰ ਸੱਸ ਬਸਣ ਦੇਵੇ ਤਾਂ ਹੀ ਹੈ ਅਖੇ ਕਹਿੰਦੀ ਸਾਰੀ ਤਨਖਾਹ ਹੱਥ ਤੇ ਧਰ ਓਏ ਕੁਛ ਕੁੜੀ ਚ ਵੀ ਨੁਕਸੂ ਤੂੰ ਮਾੜਾ ਮੋਟਾ ਫੋਨ ਕਰਕੇ ਕਹਿ ਜਾਂਦਾ ਉਹਨੂੰ ਦੋਏ ਹੱਥਾਂ ਨਾਲ ਤਾਲੀ ਵਾਜੀ ਕਿੱਥੇ ਬਾਈ ਉਹਨੇ ਦਾ ਘਰੇ ਭੇਜਤੀ ਕਿੱਥੇ ਕਰਦਾ ਫੋਨ ਮੈਂ ਅੱਛਾ ਜੀ ਉਹ ਘਰੇ ਬੈਠੀ ਆ ਕੁੜੀ ਨੂੰ ਆਈ ਨੂੰ ਬਾਈ 3-4 ਦਿਨ ਹੋ ਗਏ ਯਾਰ ਮੁੜ ਕੇ ਕੋਈ ਫੋਨ ਨਹੀਂ ਕੀਤਾ ਪਿੱਛੋਂ ਤੂੰ ਮੇਰੀ ਗੱਲ ਸੁਣਾ ਧੀਆਂ ਤਾਂ ਆਪਦੇ ਘਰੀ ਬਸਦੀਆਂ ਸੋਹਣੀਆਂ ਲੱਗਦੀਆਂ ਨੇਗੀਆਂ ਠੀਕ ਹੈ ਨਾ ਕਹਿ ਸੁਣ ਕੇ ਦੁਬਾਰੇ ਛੱਡਿਆ ਨੇ ਬਾਈ ਮੈਂ ਇਕੱਲਾ ਕਿੱਥੇ ਵਗ ਜਾ ਯਾਰ ਪੰਚਾਇਤ ਲੈ ਮੈਂ ਤਾਂ ਨਹੀਂ ਗਿਆ ਵੀ ਬੇਇੱਜ਼ਤੀ ਹੋਊਗੀ ਨਹੀਂ ਬੇਇੱਜ਼ਤੀ ਤਾਂ ਕਾਹਦੀ ਆ ਤੂੰ ਕਿਸੇ ਹੋਰ ਰਿਸ਼ਤੇਦਾਰ ਥਾਣੀ ਭੇਜ ਦਿੰਦਾ ਇੱਕ ਵਾਰੀ ਫਿਰ ਦੇਖ ਲੈਂਦੇ ਆਪਾਂ ਜੇ ਬਾਈ ਤੂੰ ਹੀ ਚੱਲ ਪਏ ਮੇਰੇ ਨਾਲ ਮੇਰੇ ਮੈਂ ਤੇਰੇ ਨਾਲ ਵਗਤਾ ਜਾਊਂਗਾ ਅੱਜ ਤਾਂ ਮੈਨੂੰ ਕੰਮ ਹੈ ਸਵੇਰੇ ਵਗ ਚੱਲਾਂਗੇ ਉਹ ਨਾ ਨਾ ਬਾਈ ਜਾਣਾ ਤਾਂ ਅੱਜ ਹੀ ਪਊਗਾ ਫਿਰ ਆਪਾਂ 4 ਵਜੇ ਵਗ ਚੱਲਾਂਗੇ ਚੱਲ ਠੀਕ ਆ ਬਾਈ ਮੈਂ ਕਿਸੇ ਮੈਂਬਰ ਨੂੰ ਲੈ ਚੱਲਦੇ ਹਾਂ ਨਾਲ ਇੱਕ ਬੰਦੇ ਨੂੰ ਸਿਆਣੇ ਨੂੰ ਆਪਾਂ ਠੀਕ ਆ ਬਾਈ ਠੀਕ ਆ ਹਾਂ ਆਪਾਂ ਮੈਂਬਰ ਨੂੰ ਲੈ ਚੱਲਾਂਗੇ 8 ਵਜੇ ਵਗ ਚੱਲਾਂਗੇ 4 ਵਜੇ ਹੋਰ ਕੀ ਹੈ ਚੱਲ ਠੀਕ ਆ ਬਾਈ ਫਿਰ ਵਗ ਚੱਲਦੇ ਹਾਂ ਠੀਕ ਹੈ ਚੰਗਾ ਬਾਈ ਨਾ ਨਾ ਭਾਈ ਜਿਹੜੀ ਗੱਲ ਮੇਰੇ ਪੁੱਤ ਨੇ ਕਰਤੀ ਉਸ ਗੱਲ ਤੋਂ ਮੈਂ ਨਹੀਂ ਪਿੱਛੇ ਹਟਦੀ ਨਾਲੇ ਜੇ ਘਰ ਉੱਥੇ ਹੀ ਭਰਨਾ ਸੀ ਤੇ ਸਾਨੂੰ ਕੀ ਫਾਇਦਾ ਹੋਇਆ ਪੈਸਾ ਲਾਏ ਦਾ ਅਸੀਂ ਤਾਂ ਸਾਰਾ ਘਰ ਕੋਡਾ ਕਰਤਾ ਨੌਕਰੀ ਲਵਾਉਣ 'ਤੇ ਨੌਕਰੀ ਅਸੀਂ ਲਵਾਈਏ ਅਤੇ ਘਰ ਉੱਥੇ ਭਰੇ ਇਹ ਕਿੱਥੇ ਲਿਖਿਆ ਹੈਗਾ ਮਾਤਾ ਜੀ ਦੇਖੋ ਆ ਘਰ ਭਰਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਮੈਂ ਇਹਨਾਂ ਨੂੰ ਵੀ ਜਾਣਦਾ ਅਤੇ ਤੁਹਾਨੂੰ ਵੀ ਜਾਣਦਾ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਦਾ ਮਸਲੇ ਦਾ ਹੱਲ ਇੱਥੇ ਬਹਿ ਕੇ ਹੋ ਜਾਏ ਨਾ ਤਾਂ ਇਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਕੱਲ੍ਹ ਨੂੰ ਐਵੇਂ ਕਚਹਿਰੀਆਂ ਕਿਹੜੇ ਸੀਬੜੇ ਹੋਊਗੇ ਫਿਰ ਚੰਗਾ ਗਾ ਕਿਉਂ ਭਾਈ ਜੀ ਠੀਕ ਹੈ ਜੀ ਠੀਕ ਹੈ ਕਚਹਿਰੀਆਂ ਜਿਹੜੀ ਸੀ ਫਿਰਾਂਗੇ ਹੋਏ ਇਹਨੂੰ ਮੈਂ ਕੱਢਿਆ ਕਿਉਂ ਹਾਂ ਬਾਈ ਐਂ ਦੱਸੋ ਇਹਨੂੰ ਪੁੱਛੋ ਮਾੜਾ ਜਾ ਅੱਡ ਹੋਣ ਨੂੰ ਕਹਿੰਦੀ ਸੀ ਅੱਗੇ ਸ਼ਹਿਰ ਰਹਿਣ ਲੱਗ ਜਾ ਦੱਸ ਮੈਂ ਹੋਰ ਕੀ ਕਰਾਂ ਕੱਲੀ ਕਹਿ ਰਹੀ ਮੇਰੀ ਮਾਂ ਇਹਨੂੰ ਛੱਡਦਾ ਮੈਂ ਕਿਉਂ ਭਾਈ ਕੁੜੀਏ ਤੁਸੀਂ ਵੀ ਬੋਲੋ ਕੁਛ ਹੁਣ ਕੀ ਕਹਿ ਰਹੇ ਨੇ ਮੁੰਡਾ ਮੈਂ ਕੀ ਬੋਲਾਂ ਵੀਰ ਜੀ ਇਹ ਤਾਂ ਗੱਲ ਇਹਨਾਂ ਨੂੰ ਵੀ ਪਤਾ ਮੈਂ ਇਹ ਗੱਲ ਕਿਉਂ ਕਹੀ ਆ ਸਾਰਾ ਦਿਨ ਤਨਖਾਹ ਨਹੀਂ ਦਿੰਦੇ ਮੈਨੂੰ ਇਹ ਨਹੀਂ ਕਰਦੇ ਵਾਹ ਨਹੀਂ ਕਰਦੇ ਸਾਰਾ ਘਰ ਦਾ ਕੰਮ ਵੀ ਕਰਦੀ ਆਫਿਸ 'ਚ ਵੀ ਕੰਮ ਹੁੰਦਾ ਤਾਂ ਵੀ ਮੈਨੂੰ ਇੰਨਾ ਕੁਛ ਸੁਣਾਇਆ ਜਾਂਦਾ ਨਾਲੇ ਭਾਈ ਗੱਲ ਸੁਣ ਫਿਰ ਤਨਖਾਹ ਜਾਂਦੀ ਕਿੱਥੇ ਹੈ 1 ਮਹੀਨੇ ਦੀ ਤਨਖਾਹ ਫੜਾਈ ਹੈ ਅਤੇ ਮੁੜ ਕੇ ਤਾਂ ਪੈਸਾ ਨਹੀਂ ਆਇਆ ਉਹ ਮਾਸੀ ਪਹਿਲਾਂ ਕਿਹੜਾ ਇਹਦੀ ਤਨਖਾਹ 'ਤੇ ਘਰ ਚੱਲਦਾ ਸੀ ਹੈ ਦੋ ਦੋ ਤਰ੍ਹਾਂ ਦੇ ਕੰਮ ਕਰਕੇ ਭਲਾ ਕਿੱਥੇ ਨੌਕਰੀ ਚੱਲੂਗੀ ਇਹੀ ਹੱਥ ਬੰਨਦੀ ਸੀ ਵੀ ਘਰ ਚੱਲੀ ਜਾਂਦਾ ਫਿਰ ਕਿਉਂ ਲੱਗੀ ਨੌਕਰੀ 'ਤੇ ਬਹਿੰਦੀ ਘਰੇ ਫਿਰ ਤੁਸੀਂ ਉਦੋਂ ਭਾਈ ਐਂ ਕਿਉਂ ਕਿਹਾ ਸੀ ਵੀ ਸਾਡੀ ਨੂੰ ਤਾਂ ਪੜ੍ਹੀ ਲਿਖੀ ਨੂੰਹ ਚਾਹੀਦੀ ਆ ਉਹਦੀ ਅਨਪੜ੍ਹ ਲੈ ਲੈਂਦੇ ਕੋਈ ਹੈ ਬੋਲੋ ਮੈਨੂੰ ਤਾਂ ਹਾਲੇ ਤੱਕ ਪੈਸੇ ਵੀ ਨਹੀਂ ਉਤਰੇ ਇਹਨਾਂ ਤੋਂ ਚੱਕ ਕੇ ਮੈਂ ਲਾਏ ਨੇ ਵਿਆਹ 'ਤੇ ਸਾਰੇ ਉਹ ਤਾਂ ਬੜੇ ਮੀਟ ਨਾਲ ਰੋਟੀਆਂ ਭਾਲਦੇ ਸੀ ਉਦੋਂ ਨਹੀਂ ਦੀ ਨਾ ਤੀ ਵੀ ਅਸੀਂ ਪੜ੍ਹੀ ਹੋਈ ਲੈਂਦੇ ਹਾਂ ਫਿਰ ਕਹੋਗੇ ਭਾਈ ਬੋਲਦਾ ਮੀਟ ਨਾਲ ਰੋਟੀ ਨਹੀਂ ਖਵਾਈ ਜਾਂਦੀ ਸੀ ਤਾਂ ਇਹਦੀਆਂ ਕੋਠੀਆਂ ਦੀ ਆਸ ਨਾ ਕਰਦਾ ਦੇਖਣ ਦੀ ਛੋਟੇ ਘਰ ਜਾਂਦਾ ਦੇਖਣ ਉਹ ਛੋਟੇ ਘਰ ਤਾਂ ਮੈਂ ਦੇਖ ਲੈਂਦਾ ਨੌਕਰੀ ਮੈਂ ਤਾਂ ਪੜ੍ਹਾਈ ਹੈ ਨੌਕਰੀ ਵਾਸਤੇ ਤਾਂ ਪੜ੍ਹਾਈ ਤੀ ਉਦੋਂ ਕਿਉਂ ਕਿਹਾ ਸੀ ਸਾਨੂੰ ਤਾਂ ਪੜ੍ਹੀ ਲਿਖੀ ਨੂੰ ਚਾਹੀਦੀ ਹੈ ਉਹ ਫਿਰ ਲਵਾਈ ਵੀ ਹੈ ਨੌਕਰੀ ਦੇ ਅਸੀਂ ਜੇ ਕੀ ਹੋ ਗਿਆ ਮਾਤਾ ਨੇ ਤਨਖਾਹ ਮੰਗ ਲਈ ਮਾਤਾ ਨੇ ਇੰਨੀ ਕਿਹਾ ਸੀ ਵੀ ਇਹਦੇ ਵਾਸਤੇ ਸੂਟ ਲਿਆ ਦੂੰਗੀ ਮੈਂ ਦੇਖੋ ਭਾਈ ਤੁਸੀਂ ਤਾਂ ਚੁੱਪ ਹੀ ਕਰੋ ਤੁਹਾਨੂੰ ਵੀ ਪਤਾ ਮੇਰੇ ਕੋਲ ਉਹ ਭਾਈ ਉਹ ਨਹੀਂ ਤਾਂ ਨਵੇੜੀ ਕਰਾ ਦੇ ਯਾਰ ਜੇ ਨਹੀਂ ਨਵੇੜਾ ਤੋ ਕਾਨੂੰ ਓਏ ਬੋਲ ਜੀ ਤੁਹਾਡੇ ਸਾਹਮਣੇ ਦੇਖ ਲਓ ਜੀ ਕਿਵੇਂ ਆ ਉਹ ਕੋਈ ਗੱਲ ਨਹੀਂ ਕੋਈ ਠੰਡਾ ਹੋ ਕਾਕਾ ਪਹਿਲਾਂ ਐ ਪਤਾ ਵੀ ਜਦੋਂ ਪੰਚਾਇਤ ਲੈ ਕੇ ਆ ਗਏ ਗੱਲ ਕਿਵੇਂ ਕਰਨੀ ਆ ਮਾਤਾ ਜੀ ਤੁਸੀਂ ਚੁੱਪ ਬੈਠੋ ਥੋੜੇ ਇੱਕ ਮਿੰਟ ਮਾ ਬਾਈ ਹੁਣ ਤੁਸੀਂ ਦੱਸੋ ਕਿਵੇਂ ਕਰਨਾ ਜਿਵੇਂ ਤੁਸੀਂ ਕਹੋਗੇ ਅਸੀਂ ਤਾਂ ਉਵੇਂ ਹੀ ਕਰ ਲਾਂਗੇ ਅਸੀਂ ਤਾਂ ਤੁਹਾਨੂੰ ਇਹੀ ਗੱਲ ਕਹਿੰਦੇ ਹਾਂ ਵੀ ਘਰ ਵਸਾ ਦਿਓ ਰੋਜ਼ ਰੋਜ਼ ਰਿਸ਼ਤੇ ਜੁੜਦੇ ਵੀ ਹੁੰਦੇ ਵਧੀਆ ਗੱਲ ਹੈ
ਵਧੀਆ ਕੁੜੀਆ ਚਾਰ ਪੈਸੇ ਕਮਾਉਂਦੀ ਹੈਗੀ, ਤੁਹਾਡੇ ਘਰ ਲਿਆਉਂਦੀ ਹੈ, ਕਿਤੇ ਨਹੀਂ ਵੀ ਉਹ ਲੈ ਕੇ ਜਾਂਦੀ ਹੈਗੀ। ਬਸ ਬਾਈ ਇੰਨਾ ਹੀ ਕਹਿੰਦੇ ਹਾਂ ਬਈ ਉਹਨੂੰ ਬਈ ਢੰਗ ਸਿਰ ਰਹਿ ਲਏ, ਘਰ ਦੀ ਗੱਲ ਮੰਨ ਲਿਆ ਕਰੇ ਮੇਰੀ ਮਾਂ ਦੀ, ਹੋਰ ਕੁਛ ਨਹੀਂ ਚਾਹੀਦਾ। ਨਹੀਂ ਉਹ ਤਾਂ ਰਹਿੰਦੀ ਤਾਂ ਢੰਗ ਨਾਲ ਆ, ਜਿਹੜਾ ਤੁਸੀਂ ਰੋਜ਼ ਕਲੇਸ਼ ਕਰਦੇ ਹੋ ਇਹ ਗਲਤ ਗੱਲ ਹੈ ਨਾ ਵੀ ਪੈਸੇ ਨਹੀਂ ਦਿੰਦੀ ਸਾਨੂੰ। ਉਹ ਬਾਈ ਦੋ ਭਾਂਡੇ ਨੇ ਖੜਕਣਗੇ ਵੀ, ਹੁਣ ਮਾਂ ਨੇ ਕਿਹੜਾ ਕਿਤੇ ਲੈ ਕੇ ਜਾਣੇ ਨੇ, ਸਾਡੇ ਮਾਰੀਏ ਫਿਰਦੀ ਹੈ ਵੀ। ਠੀਕ ਹੈ ਗੱਲ, ਉਹ ਤਾਂ ਅਸੀਂ ਕਹਿ ਦਾਂਗੇ ਕੁੜੀ ਨੂੰ, ਚਲੋ ਕੋਈ ਗੱਲ ਨਹੀਂ, ਜੇ ਕੋਈ ਦੋ ਪੈਸੇ ਹੈਗੇ ਨੇ ਤੁਹਾਨੂੰ ਦੇ ਦਿਆ ਕਰੂ, ਇਹ ਜੀ ਗੱਲ ਨਹੀਂ, ਕਿਤੇ ਨਹੀਂ ਲੈ ਕੇ ਜਾਂਦੀ ਤਨਖਾਹ, ਉਹ ਤੁਹਾਡੇ ਘਰ ਹੀ ਦੇਊਗੀ, ਬੱਚਿਆਂ ਦਾ ਇਹ ਜੀ ਕੰਮ ਹੁੰਦਾ, ਨਿਆਣੇ ਨੇ ਕੋਈ ਗੱਲ ਨਹੀਂ। ਨਾਲੇ ਭਾਈ ਪੈਸੇ ਕਿਹਨੇ ਕਿੱਥੇ ਲੈ ਕੇ ਜਾਣੇ ਨੇ, ਇਹਨਾਂ ਦੀ ਖਾਤਰ ਮੈਂ ਜੋੜਦੀ ਹਾਂ, ਇਹਨਾਂ ਦੀ ਖਾਤਰ ਹੀ ਸਾਰਾ ਕੁਛ ਕਰਦੀ ਹਾਂ। ਠੀਕ ਹੈ ਜੀ, ਤੁਸੀਂ ਤਾਂ ਕੱਲਾ ਕਹਿ ਰਹਾ ਮੇਰਾ ਪੁੱਤ ਹੈ, ਤੇ ਜਦੋਂ ਬੋਲੂ ਚੱਲ ਸ਼ਹਿਰ ਨੂੰ, ਚੱਲ ਸ਼ਹਿਰ ਨੂੰ, ਇਹ ਐਂ ਗੱਲਾਂ ਪੁੱਗਦੀਆਂ ਹੁੰਦੀਆਂ ਨੇ ਕਿਤੇ। ਉਹ ਤਾਂ ਠੀਕ ਹੈ, ਚਲੋ ਅਸੀਂ ਕਹਾਂਗੇ, ਮੰਨਦੇ ਹਾਂ, ਕਹਿੰਦੀ ਆ, ਪਰ ਦੇਖਣ ਨੂੰ ਕੁੜੀ ਇੱਦਾਂ ਨਹੀਂ ਲੱਗਦੀ ਜਿਵੇਂ ਤੁਸੀਂ ਬੋਲਦੇ, ਤੇਜ਼ ਤਾਂ ਤੁਸੀਂ ਵੀ ਹੋ, ਮਾੜਾ ਮੋਟਾ ਘਰ ਵਸਾਉਣ ਵਾਸਤੇ ਇੱਕ ਬੰਦੇ ਨੂੰ ਚੁੱਪ ਹੋਣਾ ਪੈਂਦਾ ਗਾ, ਠੀਕ ਹੈ ਨਾ। ਜੇ ਵੀਰ ਮੈਂ ਤੇਜ਼ ਹੁੰਦੀ ਨਾ, ਮੇਰੀ ਨੂੰ ਦੇਹਲੀ ਤੋਂ ਬਾਹਰ ਜਾਂਦੀ ਨਹੀਂ ਸੀ। ਉਹ ਭਾਈ ਮੈਂ ਦੋਵੇਂ ਪਰਿਵਾਰਾਂ ਨੂੰ ਜਾਣਦਾ, ਠੀਕ ਹੈ ਨਾ, ਮੈਨੂੰ ਸਭ ਪਤਾ। ਮੁੱਕਦੀ ਗੱਲ ਇਹ ਹੈ ਬਾਈ, ਮਾਂ ਤੋਂ ਮਾਫ਼ੀ ਮੰਗੇ, ਸਿੱਧੀ ਜੀ ਗੱਲ। ਫਤਿਹ ਲੈ ਲਿਆ ਸਵਾਦ ਪੁੱਤ, ਆਹ ਗੱਲਾਂ ਤੋਂ ਡਰਦੀ ਸੀ। ਉਹ ਚੱਲ ਮਾਂ ਹੁਣ ਹੋ ਗਿਆ ਜਿਹੜਾ ਕੁਛ ਹੋਣਾ ਸੀ, ਮਾਫ਼ੀ ਮੰਗਾ ਇਹਨੂੰ, ਜੇ ਮੰਗਦੀ ਹੈ ਤਾਂ ਠੀਕ ਹੈ, ਨਹੀਂ ਭਾਈ ਨਹੀਂ ਮੰਗਦੀ ਤਾਂ ਲੈ ਜਾਓ, ਤਾਂ ਕੋਈ ਗੱਲ ਨਹੀਂ, ਚਲੋ ਅਸੀਂ ਵਿਚਾਰ ਕਰਦੇ ਹਾਂ। ਕਿੱਡੀ ਗੱਲ ਹੈ ਜੀ, ਮਾਫ਼ੀ ਨੂੰ ਕੀ ਹੈ ਜੀ, ਭਾਈ ਸਾਹਿਬ ਮੇਰੀ ਗੱਲ ਸੁਣੋ, ਉਹ ਜਦੋਂ ਹੈ ਹੀ ਮਾਂ, ਜਦੋਂ ਆਪਾਂ ਲਾੜੇ ਲਾਤੀ ਇਹਦੇ, ਹਾਂ ਹਾਂ ਉਹ ਤਾਂ ਮਾਂ, ਫਿਰ ਮਾਫ਼ੀ ਵਾਲੀ ਕੀ ਗੱਲ ਹੈ, ਜਾਂ ਕੁੜੀ ਲਾ ਪੈ ਰਹੀ ਹੱਥ, ਲਾ ਪੈ ਰਹੀ ਹੱਥ ਭਾਈ, ਲਾ ਦੇ ਤੇਰੀ ਮਾਂ ਹੈ, ਐਂ ਹੁੰਦੀ ਆ ਲੈ ਮਾਫ਼ੀ, ਦੇਖ ਲੈ ਪੁੱਤ ਲਾ ਤੇ ਜੀ ਪੈ ਰਹੀ ਹੱਥ, ਮਾਤਾ ਜੀ ਹੋਰ ਕਿਵੇਂ ਕਰਨਾ ਹੁਣ, ਮਾਫ਼ੀ ਬੋਲ ਕੇ ਵੀ ਕਹੇ ਵੀ ਮੈਂ ਅੱਗੇ ਤੋਂ ਗਲਤੀ ਨਹੀਂ ਕਰਦੀ। ਜਦੋਂ ਤੁਹਾਡੇ ਪੈਰ ਹੀ ਹੱਥੀ ਲਾਤੇ, ਦੇਖ ਵੀ ਫਤਿਹ ਆਪਣਾ ਘਰ ਵਸਾਉਣ ਦੇ ਲਈ ਨਾ ਤੈਨੂੰ ਵੀ ਥੋੜ੍ਹਾ ਜਿਹਾ ਸਖਤ ਹੋਣਾ ਪਊਗਾ, ਠੀਕ ਹੈ, ਮੰਨਦਾ ਤੇਰੀ ਮਾਂ ਉਹ ਤੇਰੇ ਘਰ ਵਾਲੀ ਆ, ਪਰ ਤੈਨੂੰ ਵੀ ਸਮਝਣਾ ਚਾਹੀਦਾ ਵੀ ਘਰ ਨੂੰ ਕਿਵੇਂ ਚਲਾਉਣਾ ਗਾ, ਠੀਕ ਹੈ ਨਾ। ਠੀਕ ਹੈ ਜੀ, ਜਿਵੇਂ ਇੱਕ ਬੱਸ ਡਰਾਈਵਰ ਨੂੰ ਪਤਾ ਹੁੰਦਾ ਵੀ ਗੱਡੀ ਕਿਵੇਂ ਚਲਾਉਣੀ ਨਾ, ਉਵੇਂ ਤੂੰ ਘਰ ਚਲਾ ਪਾਈ, ਸਮਝਿਆ। ਆਹ ਰੋਜ਼ ਰੋਜ਼ ਦਾ ਡਰਾਮਾ ਨਾ, ਇੱਕ ਦਿਨ ਬੈਠ ਕੇ ਚੰਗਾ ਹੁੰਦਾ ਗਾ ਹਰਿਆ। ਚੱਲ ਬਾਈ ਆਪਣੇ ਤਾਂ ਨਿਬੜ ਗਿਆ, ਹੁਣ ਕੁੜੀ ਨੇ ਲਾਤੇ ਪੈਰੀ ਹੱਥ, ਨਹੀਂ ਭਾਈ ਸਹੀ ਲੱਗੇ ਕੁੜੀ ਦੁਬਾਰੇ ਲਾ ਦੇ ਭਾਈ, ਕਿਉਂ ਭਾਈ ਪੈਰਾਂ ਤੇ ਲਾ ਦੇ, ਮਾਫ਼ੀ ਤਾਂ ਮਾਫ਼ੀ ਹੋਇਆ ਨਾ। ਚੱਲ ਇਹ ਤਾਂ ਹੋ ਗਿਆ ਭਾਈ, ਤੇ ਜਿਹੜਾ ਬੋਲੀ ਜਾਂਦਾ ਘੰਟੇ ਦਾ ਬਾਕੜ ਬਾਕੜ ਕਰੀ ਜਾਂਦਾ, ਉਹ ਕਦੋਂ ਮੰਗੂ ਮਾਫ਼ੀ? ਇਹਦਾ ਤਾਂ ਕੀ ਹੈ ਜੀ, ਇਹਦਾ ਤਾਂ ਕੋਈ ਕਸੂਰ ਨਹੀਂ ਹੈਗਾ ਨਾ, ਭੈਣਾਂ ਪਿੱਛੇ ਤਾਂ ਭਾਈ ਬੋਲਦੇ ਆਏ, ਬੋਲਦੀ ਆਈ ਭੈਣਾਂ ਪਿੱਛੇ, ਭਾਈਆਂ ਪਿੱਛੇ, ਭੈਣਾਂ ਪਿੱਛੇ ਭਾਈ ਪੈਰੀਆਂ ਹੱਥ ਵੀ ਲਾਉਂਦੇ ਆਏ। ਇਹ ਤਾਂ ਜੀ ਤੁਹਾਡੀ ਗਲਤ ਗੱਲ ਹੈ, ਚਲੋ ਕੁੜੀ ਦੀ ਗਲਤੀ ਅਸੀਂ ਮੰਨਦੇ ਹਾਂਗੇ, ਭਾਈ ਅਸੀਂ ਲਾ ਦਾਂ ਤੁਹਾਡੇ ਪੈਰੀ ਹੱਥ, ਅਸੀਂ ਲਾ ਦਾਂ, ਸ਼ਾਂਤੀ ਮਿਲ ਜੂ, ਹੈ ਪਤੇ ਸੇ ਆ, ਸਮਝਾ ਭਾਈ ਆਪਣੀ ਮਾਂ ਨੂੰ, ਐ ਨਹੀਂ ਘਰ ਬਸ ਦੇਗੇ, ਠੀਕ ਹੈ ਨਾ, ਜੇ ਸਾਨੂੰ ਕਾਹਦੇ ਵਾਸਤੇ ਬੁਲਾਉਣਾ ਜੀ ਇੱਥੇ। ਕੁੜੀ ਦੀ ਗਲਤੀ ਚਲੋ ਅਸੀਂ ਮੰਨਦੇ ਹਾਂਗੇ, ਨੀਵੇਂ ਹੋ ਕੇ ਅਸੀਂ ਪੈਰੀ ਹੱਥ ਲਵਾ ਦੇ, ਕੁੜੀ ਦਾ ਠੀਕ ਹੈ, ਪਰ ਇਹਦਾ ਤਾਂ ਕੋਈ ਹੱਕ ਨਹੀਂ ਹੈਗਾ ਨਾ। ਚਲੋ ਜੀ ਠੀਕ ਹੈ ਜੋ ਹੋ ਗਿਆ, ਚੱਲ ਚਾਹ ਬਣਾ ਲਓ ਹੁਣ। ਭਰਾਵਾ ਫੋਨ ਦਾ ਤਾਂ ਲਾਵਾਂ ਨਾ, ਜੇ ਮੂਹਰੋਂ ਕੋਈ ਚੱਕੇਗਾ, ਤੂੰ ਤਾਂ ਕਦੇ ਕੰਮ ਚ ਹੁੰਦਾ ਕਦੇ ਕਿਤੇ ਹੋਣਾ, ਤੂੰ ਕਿੰਨਾ ਕੁ ਵਾਰ ਆ ਗਿਆ ਮੈਨੂੰ ਐਂ ਦੱਸੀ ਬਾਈ ਘਰੇ। ਬਾਈ ਮੇਰੇ ਤੋਂ ਆਈ ਨਹੀਂ ਜਾਂਦਾ ਕੰਮ ਕਾਰ ਚ, ਜੇ ਤੁਸੀਂ ਮੈਨੂੰ ਕਦੇ ਬੁਲਾਓ ਮੈਂ ਆਵਾਂ ਨਾ। ਉਹ ਤੇਰੀ ਭੈਣ ਤਾਂ ਫੋਨ ਕਰਦੀ ਹੁੰਦੀ ਆ ਤੈਨੂੰ, ਕਿੰਨਾ ਆ ਗਿਆ ਤੂੰ? ਜਦੋਂ ਗੱਲ ਕਰਦੇ ਨੇ ਜੇ ਕੋਈ ਆਉਂਦਾ ਹੈ, ਫੇਰ ਕਿਹੜਾ ਪਰਿਵਾਰ ਚ ਬਹਿ ਕੇ ਗੱਲ ਕਰਦੇ ਨੇ, ਐਂ ਧੀਆਂ ਵਸਦੀਆਂ ਆਉਂਦੀਆਂ ਨੇ, ਅੰਦਰ ਜਾ ਕੇ ਪਤਾ ਨਹੀਂ ਕੀ ਘੁਸਰ ਘੁਸਰ ਹੁੰਦੀ ਹੈ, ਕੀ ਨਾ ਮਾਗਰੂ ਪਟਾਕੇ ਪੈਂਦੇ ਆ ਗੱਲਾਂ ਦੇ। ਉਹ ਚੱਲ ਮਾਂ ਭੈਣ ਭਾਈ ਦੀਆਂ ਗੱਲਾਂ ਹੁੰਦੀਆਂ ਨੇ ਆਸ ਚ, ਤੂੰ ਵੀ ਹੁਣ ਠੰਡੀ ਹੋ। ਭੈਣ ਭਾਈ ਤਾਂ ਸਾਡੇ ਵੀ ਸੀ ਪੁੱਤ, ਮੇਰੇ ਵੀ ਭਰਾ ਸੀਗੇ, ਮੈਂ ਵੀ ਕਿਸੇ ਦੀ ਭੈਣ ਸੀ।
ਅਸੀਂ ਤਾਂ ਕਦੇ ਪੰਚਾਇਤ ਨਹੀਂ ਸੀ ਬਿਠਾਈ, ਅਸੀਂ ਤਾਂ ਕਦੇ ਨਹੀਂ ਸੀ ਆਹ ਗੱਲਾਂ ਪੰਚਾਇਤਾਂ 'ਚ ਹੋਈਆਂ ਜਿਹੜੀਆਂ। ਮਾਸੀ ਜੇ ਗੱਲ ਇਹ ਹੈ, ਪੰਚਾਇਤ ਤਾਂ ਹੁਣ ਤੁਹਾਡੇ ਕਾਰਨਾਂ ਕਰਕੇ ਬੈਠੀ ਹੈ, ਜੇ ਕੁੜੀ ਨੇ ਘਰੇ ਨਾ ਭੇਜਦੇ ਭਾਈ ਪੰਚਾਇਤ ਨਾ ਆਉਂਦੀ। ਹੁਣ ਇਹ ਤਾਂ ਨਿਬੜੀ ਨਿਬੜਾਈ ਗੱਲ ਭਾਈ, ਦੁਬਾਰੇ ਛੇੜੀ ਜਾ। ਨਹੀਂ 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 ਨਹੀਂ, ਨਿਬੜ ਗਈ ਗੱਲ। ਚੱਲ ਮੈਂ ਹੁਣ ਚੁੱਪ ਕਰ, ਜਿਹੜੀਆਂ ਗੱਲਾਂ ਹੋ ਗਈਆਂ ਉਹਨਾਂ 'ਤੇ ਮਿੱਟੀ ਪਾ, ਅੱਗੇ ਵਾਸਤੇ ਸਿਆਣੀ ਹੋ ਜਾ ਬਸ। ਚੰਗਾ ਭਾਈ, ਮੈਂ ਦੱਸਿਆ ਮੈਂ ਉਹਨੂੰ ਕਿੱਥੇ ਦਵਾਂ ਪਿਆ ਹੈਗਾ, ਮੈਂ ਤਾਂ ਚੁੱਪ ਹੀ ਹਾਂ, ਕਰਾਤੀ ਚੁੱਪ। ਚੱਲ ਕੋਈ ਨਾ, ਮੈਂ ਹੁਣ ਹੋਰ ਦੱਸੋ ਜੀ। ਵਧੀਆ ਠੀਕ ਠਾਕ, ਠੀਕ ਹੈ ਫਤਿਹ ਸਿੰਘ। ਬਥੇਰਾ ਲੱਭਿਆ ਮੈਂ, ਮਸਾਂ ਲੱਭੀ ਹਾਂ ਤੂੰ ਮੈਨੂੰ, ਫਤਿਹ ਨੇ ਤਾਂ ਲੁਕੋਤੀ ਸੀ। ਕੋਈ ਨਾ, ਹੁਣ ਦੇਖਦੀ ਹਾਂ ਬੁੜੀਏ ਕਿੰਨਾ ਕੁ ਟਾਈਮ ਮੈਨੂੰ ਤੰਗ ਕਰਦੀ ਹੈ ਤੂੰ। ਬਥੇਰੀ ਜ਼ਿੰਦਗੀ ਜਿਉ ਲਈ, ਬੜਾ ਰੱਬ ਦਾ ਨਾਮ ਲੈ ਲਿਆ, ਹੁਣ ਤਾਂ ਉੱਪਰ ਜਾ ਕੇ ਰੱਬ ਦਾ ਨਾਮ ਜਪੀ, ਅਤੇ ਇੱਥੋਂ ਤਾਂ ਨਹੀਂ ਜ਼ਹਿਰ ਦਿੱਤੀ ਗਈ। ਹੁਣ ਦੇਖੀ ਤੇਰਾ ਬਣਦਾ ਕੀ ਹੈ। ਤੈਨੂੰ ਹੁਣ ਹੁਣ ਰੋਕੀ ਨਾ, ਪਰਾ ਹੋ ਜਾ। ਕੀ ਹੋ ਗਿਆ ਪਰੇ, ਹਜੇ ਮਾਰੀ ਨਾ, ਕੀ ਹੋ ਗਿਆ, ਦਿਮਾਗ ਖਰਾਬ ਕਰ ਰੱਖਿਆ। ਆ ਦੇਖ ਲੈ, ਛਡਾ ਲੈ, ਤੁਹਾਡਾ ਤਾਂ ਕਿੱਤੀ ਇਹ ਹੋ ਗਿਆ, ਪਹਿਲਾਂ ਤੈਂ ਸਪਰੇ ਚੱਕ ਲਈ, ਅੱਜ ਇਹਨੇ ਚੱਕ ਲਈ, ਤੈਨੂੰ ਮਾਰਨ ਨੂੰ ਫਿਰਦੀ ਹੈ। ਸ਼ਰਮ ਕਰ ਲਓ ਮਾੜੀ ਮੋਟੀ, ਜੇ ਤੂੰ ਮਰ ਜਾਂਦੀ ਤਾਂ ਮੇਰਾ ਘਰ ਪੱਟਿਆ ਜਾਂਦਾ, ਜੇ ਤੂੰ ਮਰ ਗਈ ਮੈਂ ਤਾਂ ਕਿਸੇ ਕੰਮ ਦਾ ਰਹਿਣੀ ਨਹੀਂ। ਹੁਣ ਮੈਨੂੰ ਕਾਹਦੇ ਵਾਸਤੇ ਮਾਰਦੀ ਸੀ ਤੂੰ? ਅਜੇ ਮੈਨੂੰ ਪੁੱਛਦੀ ਬੁੜੀਏ ਹੋਇਆ ਕੀ ਹੈ, ਜਿਹੜੇ ਮੇਰੇ ਭਰਾ ਨੂੰ ਘਰੇ ਆ ਕੇ ਤੂੰ ਬੁਲਾ ਕੇ ਬੇਇੱਜ਼ਤੀ ਕਰੀ ਹੈ, ਪੈਰੀ ਹੱਥ ਲਵਾਉਣ ਨੂੰ ਫਿਰਦੀ ਸੀ, ਤੈਨੂੰ ਉਹਦੀ ਸਜ਼ਾ ਮਿਲਣ ਲੱਗੀ ਸੀ, ਸੁਣ ਗਿਆ ਤੈਨੂੰ? ਨਾ ਬੁਲਾਉਣ ਨੂੰ ਕੀ, ਮੇਰਾ ਸੰਧਾਰਾ ਲੈ ਕੇ ਆਇਆ ਸੀ, ਆਇਆ ਉਹ ਪੰਚਾਇਤ ਲੈ ਕੇ ਸੀ। ਨਾ ਫਿਰ ਤੈਨੂੰ ਸ਼ਰਮ ਨਹੀਂ ਆਉਂਦੀ, ਜਦੋਂ ਮੈਂ ਤੇਰੇ ਪੈਰੀ ਪੈ ਗਈ, ਭਰਾ ਨੂੰ ਕਹਿਣ ਦੀ ਕੀ ਲੋੜ ਸੀਗੀ? ਬਸ ਕਰੋ ਬਸ ਕਰੋ, ਫੇਰ ਚੱਲ ਪਈਆਂ। ਉਹ ਤੂੰ ਤਾਂ ਚੁੱਪ ਹੀ ਰਹਿ ਫਤਿਹ। ਕੀ ਚੁੱਪ ਰਹਾ ਹੈ, ਬਹੁਤ ਚੁੱਪ ਰਹਿ ਲਿਆ ਮੈਂ। ਨਾ ਤੂੰ ਰਹਿ ਲੈ ਆਪਣੀ ਕੋਠੀ ਨਾਲ, ਪੈਸਿਆਂ ਨਾਲ, ਤੂੰ ਸ਼ਹਿਰ ਜਾਣ ਨੂੰ ਫਿਰਦੀ ਸੀ ਨਾ, ਜਾ ਵਗ ਜਾ ਜਿਹਦੇ ਨਾਲ ਰਹਿਣਾ, ਖੁੱਲੀ ਛੋਟ ਆ ਤੈਨੂੰ। ਮੈਂ ਚੱਲਿਆ ਹੁਣ ਇੱਥੋਂ, ਤੁਸੀਂ ਨਹੀਂ ਕੱਟ ਸਕਦੀਆਂ, ਮੈਨੂੰ ਫਸਾ ਰੱਖਿਆ। ਤੂੰ ਕਿੱਥੇ ਚੱਲਿਆ ਪੁੱਤ? ਮੈਂ ਕਿਸੇ ਖੂਹਾਂ ਤੇ ਮਰਜੀ ਜਾਵਾਂ, ਮਰਾਂ ਖਪਾਂ, ਤੁਹਾਨੂੰ ਕੀ ਮਤਲਬ ਹੈ? ਕਿਸੇ ਨੂੰ ਫਿਕਰ ਹੈਗੀ ਕੋਈ ਮੇਰੀ? ਆਪਦੀ ਤੁਸੀਂ ਤਾਂ ਕਲੇਸ਼ ਪਾ ਰੱਖਿਆ। ਨਹੀਂ ਤੈ ਕਿਤੇ ਨਹੀਂ ਜਾਣਾ, ਉਹ ਤੇਰੇ ਨਾਲ ਖੁੰਦ ਕੇ ਰੱਖੀ ਬੈਠੀ ਆ, ਤੂੰ ਉਹਦੇ ਨਾਲ ਖੁੰਦ ਕੇ ਰੱਖੀ ਬੈਠੀ ਆ, ਰਹਿ ਲਓ ਫਿਰ ਹੁਣ। ਅਸੀਂ ਕਿੱਥੇ ਚੱਲਿਆ ਪੁੱਤ? ਤੈ ਕਿਤੇ ਨਹੀਂ ਜਾਣਾ। ਨਾ ਨਾ ਨਾ, ਅਸੀਂ ਜਮਾਂ ਨਹੀਂ ਲੜਦੀਆਂ ਫਤਿਹ, ਮੈਨੂੰ ਬਖਸ਼ੋ ਤੁਸੀਂ, ਆਹੀ ਕੁਛ ਰਹੂਗਾ ਇੱਥੇ। ਅੱਜ ਤੋਂ ਆਪਾਂ ਨੀ ਲੜਨਾ ਪੁੱਤ, ਜਮਾਂ ਵੀ ਨਾ। ਤੁਸੀਂ ਮੈਨੂੰ ਐਂ ਦੱਸੋ, ਮੇਰੇ ਜਾਣ ਦੇ ਨਾਂ ਤੋਂ ਕਿਵੇਂ ਇਕੱਠੀਆਂ ਹੋ ਗਏ ਤੁਸੀਂ? ਜੇ ਇੱਕੋ ਘਰ ਆ, ਤਿੰਨ ਤਾਂ ਟੋਟ ਨੂੰ ਆ, ਜਦੋਂ ਇਹੀ ਨੀ ਕੱਟ ਸਕਦੇ ਫਿਰ ਤਾਂ ਰਹਿ ਗਈ ਗੱਲ। ਬਸ ਹੁਣ ਤੂੰ ਓਏ, ਤੁਸੀਂ ਜਿਉਣਾ ਸਿੱਖ ਲਓ। ਚੁੱਪ ਕਰ ਜਾ ਪੁੱਤ, ਹੁਣ ਆਖੇ ਲੱਗ ਜਾ, ਮਾਂ ਮੈਂ ਤੇਰੀ, ਮੰਨ ਲਾ। ਫਤਿਹ ਮਾਂ ਸਹੀ ਕਹਿ ਰਹੇ ਨੇ,
ਅੱਜ ਤੋਂ ਬਾਅਦ ਅਸੀਂ ਕਦੇ ਨਹੀਂ ਲੜਦੇ। ਇੱਕ ਗੱਲ ਸੁਣ ਲਓ, ਇਹ ਲਾਸਟ ਗਲਤੀ ਹੈ ਤੁਹਾਡੀ, ਇਸ ਤੋਂ ਬਾਅਦ ਨਾ ਮੈਥੋਂ ਬੁਰਾ ਕੋਈ ਨਹੀਂ। ਪੁੱਤ ਜੇ ਅਸੀਂ ਇੱਦੂ ਮੁੜ ਕੇ ਲੜੀਆਂ ਨਾ, ਤੇਰੀ ਜੁੱਤੀ ਮੇਰਾ ਸਿਰ ਜਿੰਨੀਆਂ ਮਰਜ਼ੀ ਲਾ ਲਈ, ਅੱਜ ਮੰਨ ਲੈ ਪੁੱਤ ਬਣ ਕੇ। ਮਾਫ਼ ਕਰ ਦਿਓ, ਉਸ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਹੁੰਦੀ। ਚਲੋ ਪੁੱਤ, ਫਿਰ ਵੀ ਮੈਂ ਤੇਰੀ ਮਾਂ, ਮੰਨ ਲੈ। ਚੱਲ ਮੰਨ ਲੈਣਾ, ਬਸ ਇਸ ਤੋਂ ਬਾਅਦ ਗਲਤੀ ਨਾ ਹੋਵੇ। ਚੰਗਾ, ਨਾ ਕਦੇ ਵੀ ਨਹੀਂ ਹੁੰਦੀ ਬੇਟਾ।